ਰਾਗ ਗੁਜਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਾਨ ਨਾਨਕ ਬਲ ਬਲ ਸਦ ਬਲ ਜਾਈ ਐ ਤੇਰਾ ਅੰਤ ਨਾ ਪਾਰਾ ਵਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਗੁਰਪਿਆਰੀ ਸਾਧ ਸੰਗਤ ਜੀ ਸੋਦਰ ਬਾਣੀ ਦੀ ਜੋ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ ਇਸ ਲੜੀ ਦੇ ਤਹਿਤ ਅੱਜ ਆਪਾਂ ਸੋਦਰ ਬਾਣੀ ਦਾ ਪੰਜਵਾਂ ਸ਼ਬਦ ਜਿਹੜਾ ਹੈ ਜਿਸ ਦਾ ਪਾਠ ਸਰਵਣ ਕੀਤਾ ਹੈ ਜਿਸ ਦੀ ਅੱਜ ਆਪਾਂ ਵਿਚਾਰ ਸਾਂਝੀ ਕਰਨੀ ਹੈ ਧੰਗੁਰੂ ਪੰnje ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ ਰਾਗ ਗੁਜਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸਦਾਰ ਹਾਉ ਵਾਲਾ ਬੰਦ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਮੇਰੇ ਮਾਦੋ ਜੀ ਹੈ ਅਕਾਲ ਪੁਰਖ ਮਾਇਆ ਦੇ ਪਤੀ ਵਾਇਗਰੂ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਜੋ ਸਤ ਦੀ ਸੰਗਤ ਨਾਲ ਮਿਲਦਾ ਹੈ ਸਤ ਦੀ ਸੰਗਤ ਨਾਲ ਜੁੜਦਾ ਹੈ ਉਹ ਤਰਿਆ ਉੱਤਰ ਜਾਂਦਾ ਹੈ ਕਿੱਥੋਂ ਤਰ ਜਾਂਦਾ ਹੈ ਪਾਪ ਬੁਰਿਆਂ ਕੰਮਾਂ ਤੋਂ ਵਕਾਰੀ ਜੀਵਨ ਤੋਂ ਉਸ ਦਾ ਖਿਹੜਾ ਛੁੱਟ ਜਾਂਦਾ ਹੈ ਤੋ ਕਿਹੜੀ ਪਿਆਰੀ ਉਦਾਹਰਨ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰੂ ਦੇ ਪ੍ਰਸਾਦ ਸਦਕਾ ਗੁਰੂ ਦੀ ਰਹਿਮਤ ਸਦਕਾ ਉਹ ਉਸ ਵਸਤਾ ਨੂੰ ਪ੍ਰਾਪਤ ਕਰ ਲੈਂਦਾ ਜਿੱਥੇ ਇੱਕ ਵੀ ਵਿਕਾਰ ਉਹਦੇ ਜੀਵਨ ਦੇ ਉੱਤੇ ਅਸਰ ਨਹੀਂ ਪਾ ਸਕਦਾ ਪਰਮ ਪਦ ਅਰਥ ਹੁੰਦਾ ਹੈ ਜਿੱਥੇ ਕੋਈ ਵੀ ਮਾੜਾ ਖਿਆਲ ਮਨੁੱਖ ਨੂੰ ਗਲਤ ਰਸਤੇ 'ਨਾਂ ਤੋਰ ਸਕੇ ਇੱਕ ਵੀ ਫੁਰਨਾ ਗਲਤ ਨਾ ਦਿਮਾਗ ਵਿੱਚ ਆਵੇ ਪਰਮਪਦ ਪਾਇਆ ਸੁੱਕੇ ਕਾਸ਼ਟ ਹਰਿਆ ਜਿਵੇਂ ਸੁੱਕਾ ਪੌਦਾ ਹੁੰਦਾ ਹੈ ਉਹ ਹਰਿਆ ਹੋ ਜਾਂਦਾ ਹੈ ਪੌਦਾ ਜਦੋਂ ਸੁੱਕ ਜਾਏ ਜਿੰਨਾ ਮਰਜ਼ੀ ਉਹਦੇ ਤੇ ਪਾਣੀ ਦਾ ਛੜਕਾਅ ਕਰ ਦਿਓ ਹਰਿਆ ਨਹੀਂ ਹੋਏਗਾ ਜਦੋਂ ਤੱਕ ਉਹਦੀਆਂ ਜੜ੍ਹਾਂ ਨੂੰ ਤੁਸੀਂ ਪਾਣੀ ਨਹੀਂ ਦਿੰਦੇ ਹੁਣ ਤੁਸੀਂ ਵੇਖੋ ਘਰ ਵਿੱਚ ਗਮਲੇ 'ਚ ਕੋਈ ਪੌਦਾ ਸੁੱਕ ਜਾਏ ਤੇ ਆਪਾਂ ਉਸ ਪੌਦੇ ਦੇ ਉੱਤੇ ਪਾਣੀ ਇਦਾਂ ਛੱਟਾ ਮਾਰੀ ਜਾਈਏ ਉਹਨੇ ਹਰੇ ਨਹੀਂ ਹੋਣਾ ਪਰ ਜੇ ਤੁਸੀਂ ਉਹਨੂੰ ਬਾਲਟੀ ਭਰ ਕੇ ਅੱਧੀ ਬਾਲਟੀ ਜਿੰਨਾ ਪਾਣੀ ਉਹਦੇ ਵਿੱਚ ਪੈ ਸਕਦਾ ਹੈ ਤੁਸੀਂ ਪਾਣੀ ਪਾਓ ਤੇ ਦਿਨ ਚੜ੍ਹਦੇ ਨੂੰ ਨਵੀਆਂ ਕੁਰੁੰਬਲੀਆਂ ਫੁੱਟ ਆਉਂਦੀਆਂ ਨੇ ਜਿਵੇਂ ਪੌਦਾ ਸੁੱਕਿਆ ਹੋਵੇ ਤੇ ਉਹਨੂੰ ਪਾਣੀ ਦੇ ਦਈਏ ਤੇ ਹਰਿਆ ਹੋ ਜਾਂਦਾ ਏਦਾਂ ਹੀ ਅੱਜ ਮਨੁੱਖ ਦਾ ਜੀਵਨ ਮਰਜਾਇਆ ਕਿਉਂ ਹੈ ਕਿਉਂਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਸੱਤ ਦੀ ਸੰਗਤ ਤੋਂ ਕੋਹਾਂ ਦੂਰ ਹੈ ਤਾਈ ਗੁਰਦੇਵ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਹਰੇ ਹਰੇ ਹਰਿਆਵਲ ਦਾ ਜੀਵਨ ਵਿੱਚ ਬੜਾ ਵੱਡਾ ਸਬੰਧ ਹੈ ਮਨੁੱਖ ਦੇ ਤੁਸੀਂ ਵੇਖੋ ਜਿਹੜਾ ਦਰਖਤ ਹਰਿਆ ਹੁੰਦਾ ਹੈ ਉਹ ਛਾਂ ਵੀ ਕਰਦਾ ਹੈ ਉਹਦੀਆਂ ਟਾਹਣੀਆਂ ਹਰੀਆਂ ਹੁੰਦੀਆਂ ਨੇ ਉਹਦੇ ਫਲ ਵੀ ਕੰਮ ਆ ਜਾਂਦੇ ਨੇ ਉਹਦੀ ਲੱਕੜ ਵੀ ਕੰਮ ਆਉਂਦੀ ਹੈ ਕਈ ਦਰਖਤ ਤੁਸੀਂ ਆਪਣੀ ਜ਼ਿੰਦਗੀ 'ਚ ਐਸੇ ਵੇਖੇ ਹੋਣੇ ਜਿਹੜੇ ਉੱਗਦੇ ਜ਼ਰੂਰ ਨੇ ਵੱਡੇ ਹੁੰਦੇ ਨੇ ਪਰ ਸਮਾਂ ਪਾ ਕੇ ਉਹ ਸੁੱਕ ਜਾਂਦੇ ਨੇ ਧਰਤੀ ਨਾਲ ਉਹਨਾਂ ਦਾ ਲਿੰਕ ਟੁੱਟ ਜਾਂਦਾ ਹੈ ਆਪਾਂ ਜਦੋਂ ਬਸੰਤ ਕੀ ਵਾਰ ਗੁਰੂ ਪੰਜਵੇਂ ਪਾਤਸ਼ਾਹ ਦੀ ਪੜਦੇ ਹਾਂ ਉਹ ਚ ਗੁਰਦੇਵ ਜੀ ਕਹਿੰਦੇ ਨੇ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ ਹੁਣ ਇਥੇ ਜੇ ਆਪਾਂ ਜੇ ਸਿੱਧਾ ਪਾਠ ਕਰਦੇ ਜਦੋਂ ਆਪਾਂ ਤੇ ਐਂਜ ਲੱਗਦਾ ਜਿਵੇਂ ਜਿਹੜਾ ਹਰੀ ਦਾ ਨਾਮ ਤੇ ਆਉਂਦਾ ਉਹ ਹਰਿਆ ਪਾਈ ਹਰਿਆ ਹੋ ਜਾਂਦਾ ਹੁਣ ਇਹਦਾ ਅਰਥ ਨਹੀਂ ਵੀ ਉਹਦਾ ਰੰਗ ਰਿਆ ਹੋ ਜਾਂਦਾ ਹੈ ਇੱਥੇ ਹਰਿਆਵਲ ਦਾ ਮਤਲਬ ਹੈ ਹਰੀ ਉਹ ਚੀਜ਼ ਹੋਏਗੀ ਜਿਹਦੀ ਜੜ ਧਰਤੀ ਨਾਲ ਜੁੜੀ ਹੋਏਗੀ ਪੌਦੇ ਨੂੰ ਧਰਤੀ ਵਿੱਚੋਂ ਖੁਰਾਕ ਮਿਲਦੀ ਹੈ ਉਹ درخت ਹਰਿਆ ਹੋ ਜਾਂਦਾ ਹੈ ਇਹ ਹਰੇ ਦਰਖਤ ਦੀ ਸ਼ਾਮੇ ਬੈਣ ਨੂੰ ਵੀ ਜੀ ਕਰਦਾ ਹੈ ਹਰੇ ਦਰਖਤ ਦੀ ਲੱਕੜ ਵੀ ਕੰਮ ਆਉਂਦੀ ਹੈ ਤੇ ਕਈ ਦਰਖਤ ਆਪਾਂ ਵੇਖਿਆ ਉਹ ਖਲੋਤੇ ਖਲੋਤੇ ਧਰਤੀ ਤੇ ਸੁੱਕ ਜਾਂਦੇ ਆ ਇੱਕ ਵਕਤ ਆਉਂਦਾ ਵੀ ਉਹਨਾਂ ਨੂੰ ਧਰਤੀ ਚੋਂ ਜਿਹੜੀ ਖੁਰਾਕ ਸੀ ਉਹ ਮਿਲਣੀ ਬੰਦ ਹੋ ਗਈ ਘੁਣ ਲੱਗ ਗਿਆ ਉਹ ਲੱਕੜਾ ਹੱਥ ਨਾਲ ਹੀ ਪੁਰਦੀ ਜਾਂਦੀ ਹੈ ਉਹ ਇੱਥੇ ਹਰੇ ਦਾ ਹੋਣ ਦਾ ਅਰਥ ਕੀ ਹੈ ਫਲੈਕਸੀਬਲ ਤੁਸੀਂ ਵੇਖੋ ਜਿਹੜੀ ਹਰੀ ਟਾਣੀ ਹੁੰਦੀ ਹੈ ਉਹ ਜਿੱਧਰ ਨੂੰ ਮੋੜੋ ਮੁਰਦੀ ਜਾਂਦੀ ਹੈ ਪਿੰਡਾਂ ਵਿੱਚ ਪਹਿਲਾਂ ਆਪਾਂ ਵੇਖਦੇ ਹੁੰਦੇ ਸੀ ਜਦੋਂ ਸਰਦੀ ਦੀ ਰੋਤ ਆਉਣੀ ਤੇ ਆਮ ਆਪਣੇ ਤੂਤ ਸ਼ਾਂਗ ਕੇ ਘਰਾਂ ਵਿੱਚ ਲੈ ਆਈਦੇ ਸੀ। ਦਰਸਾਨਾ ਨੂੰ ਇਸ ਬਾਰੇ ਜਿਆਦਾ ਪਤਾ ਹੈ ਵੀ ਉਹ ਜਿਹਨੂੰ ਤੂਤ ਸ਼ਾਂਗ ਕੇ ਘਰ ਲੈ ਆਉਣੇ ਫਿਰ ਜਿਹੜਾ ਟੋਕਰੇ ਟੋکریاں ਬੰਨਣ ਵਾਲਾ ਹੋਣਾ ਉਹਨੂੰ ਬੁਲਾ ਕੇ ਲੈ ਆਉਣਾ ਵੀ ਅਸੀਂ ਤੂਤ ਸ਼ਾਂਗ ਆ ਸਾਡੇ ਟੋਕਰੇ ਬੰਨਦੇ ਟੋکریاں ਬੰਨਦੇ ਉਹਨੇ ਫਿਰ ਉਹਨਾਂ ਦੇ ਘਰੇ ਹੀ ਬੈਠ ਕੇ ਟੋਕਰੇ ਟੋکریاں ਇਦਾਂ ਕੁਝ ਵੱਡੇ ਟੋਕਰੇ ਕੁਝ ਛੋਟੇ ਟੋਕਰੇ ਬੰਨਦੇ ਨੇ ਉਹ ਫਿਰਾਂ ਠੋਕ ਠੋਕ ਕਿਉਂਕਿ ਅਜੇ ਕੱਲ ਤੂਤ ਸ਼ਾਂਗ ਆ ਅੱਜ ਉਹਨੇ ਬੰਨਣਾ ਸ਼ੁਰੂ ਕਰਤਾ ਤੋਂ ਮੋੜ ਮੋੜ ਕੇ ਮੋੜ ਮੋੜ ਕੇ ਉਹ ਟੋਕਰੇ ਟੋکریاں ਤਿਆਰ ਕਰ ਦਿੰਦਾ। ਪਰ ਤੂੰ ਤੁਸੀਂ ਅੱਜ ਸ਼ਾਂਗਿਆ ਤੁਸੀਂ ਉਹਨੂੰ ਜਾ ਕੇ ਹਫਤੇ ਬਾਅਦ 15 ਦਿਨਾਂ ਬਾਅਦ ਕਹੋ ਹੁਣ ਨਹੀਂ ਉਹਦੇ ਟੋਕੇ ਟੋکریاں ਭਜਣੀਆਂ ਕਿਉਂ ਕਿ ਜਦੋਂ ਉਹਨੇ ਮੋਢਾ ਲੱਗਣਾ ਉਹ ਕੜਾਚ ਕਰਕੇ ਲੱਕ ਚ ਟੁੱਟ ਜਾਣਾ ਹੈ ਮੋਸੇ ਵੱਡ ਹੋ ਜਾਣਾ ਹੈ ਹਰੀ ਚੀਜ਼ੇ ਫਲੈਕਸੀਬਲ ਇੱਥੇ ਹਰੇ ਹੋਣ ਦਾ ਅਰਥ ਹੈ ਫਲੈਕਸੀਬਲ ਹਰ ਕਾ ਨਾਮ ਤੇ ਆਏ ਕੇ ਹੋ ਰਿਆ ਭਾਈ ਆਕੜ ਨਹੀਂ ਹੋਏਗੀ ਉਹਦੇ ਵਿੱਚ ਫਲੈਕਸੀਬਲ ਹੋਏਗਾ ਉਹਨੂੰ ਝੁਕਣਾ ਆਉਂਦਾ ਹੋਏਗਾ ਉਹਨੂੰ ਰਿਸ਼ਤੇ ਨਿਭਾਉਣੇ ਆਉਂਦੇ ਹੋਣਗੇ ਉਹਨੂੰ ਸਮਾਜ ਵਿੱਚ ਪਰਿਵਾਰਾਂ ਚ ਰਹਿਣਾ ਆਉਂਦਾ ਹੋਏਗਾ ਉਹਨੂੰ ਉਹਨੂੰ ਹਰ ਜਗ੍ਹਾ ਫਿੱਟ ਹੋਣ ਦੀ ਜਿਹੜੀ ਆਦਤ ਜਿਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਅੱਜ ਮਨੁੱਖ ਗੁਰਦੁਆਰੇ ਵੀ ਜਾ ਰਿਹਾ ਹੈ ਬਾਣੀ ਪੜਨ ਦਾ ਵੀ ਦਾਵਾ ਕਰਦਾ ਹੈ ਪਰ ਫਲੈਕਸੀਬਲ ਨਹੀਂ ਹੈ ਕਈ ਰਿਸ਼ਤੇ ਤੁਸੀਂ ਵੇਖੇ ਹੋਣਗੇ ਕਈਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਤਲਾਕ ਹੋਏ ਨੇ ਤੇ ਦਾਵਾ ਇਹ ਕਰਦੇ ਨੇ ਸਾਡੇ ਵਰਗਾ ਤੇ ਕੋਈ ਗੁਣੀ ਗਿਆਨੀ ਕੋਈ ਨਹੀਂ ਭਰਾਵਾਂ ਨਾਲੋਂ ਅੱਡ ਹੋ ਗਿਆ ਵਖਰਾਪਨ ਹੋ ਗਿਆ ਕਿਹੜੀ ਗੱਲ ਆਕੜ ਦਾਵਾ ਕਰਨਗੇ ਜੀ ਅਸੀਂ ਤੇ ਬਾਣੀ ਬੜੀ ਪੜੀ ਸੰਤ ਤੇ ਬੜਿਆ ਗ੍ਰੰਥਾਂ ਦਾ ਗਿਆਨ ਹੈ ਤੋ ਬਹੁਤ ਵਾਰੀ ਕਈ ਵਾਰੀ ਨਾ ਗਲਤੀ ਹੋਣ ਤੇ ਵੀ ਸੌਰੀ ਕਹਿਣ ਦੇ ਵਿੱਚ ਫਾਇਦਾ ਹੁੰਦਾ ਹੈ ਪਰਿਵਾਰਾਂ ਵਿੱਚ ਤੁਸੀਂ ਵੇਖੋ ਵੀ ਗਲਤੀ ਵੀ ਨਹੀਂ ਹੈਗੀ ਵੱਡੇ ਭਰਾ ਦੀ ਛੋਟੇ ਭਰਾ ਦੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਕਿਸੇ ਕੋਲੋਂ ਵੀ ਇਹ ਗਲਤ ਜਿਹੜਾ ਹੈ ਉਹ ਮਨੁੱਖ ਦੇ ਕੋਲੋਂ ਕੋਈ ਗਲਤ ਰਸਤਾ ਚੁਣਿਆ ਜਾ ਸਕਦਾ ਹੈ ਪਰ ਸਮਾ ਪਾ ਕੇ ਮਨੁੱਖ ਆਪਣੀ ਜ਼ਿੰਦਗੀ ਸੁਧਾਰ ਵੀ ਕਰਦਾ ਹੈ ਤੋ ਪਾਦਸ਼ਾ ਜਿਨੇ ਬੜੇ ਪਿਆਰੇ ਇਥੇ ਬਚਨ ਇਹ ਤੇ ਨੇ ਕਹਿੰਦੇ ਹਰ ਕਾ ਨਾਮ ਧਿਆਏ ਕਾ ਉਹ ਹਰਿਆ ਭਾਈ ਹਰਿ ਦਾ ਨਾਮ ਧਿਆਉਣ ਵਾਲਾ ਮਨੁੱਖ ਹਰਿਆ ਹੋ ਜਾਂਦਾ ਹਰੇ ਹੋਣ ਦਾ ਅਰਥ ਕੀ ਹੈ ਉਹ ਫਲੈਕਸੀਬਲ ਹੋਏਗਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਗੀ ਜਿਵੇਂ ਆਪਾਂ ਪਿਛਲੇ ਸ਼ਬਦ ਵਿੱਚ ਪੜ ਰਹੇ ਹਾਂ ਕਿ ਜਦੋਂ ਸਤ ਸੰਗਤ ਵਿੱਚ ਮਿਲਦਾ ਹੈ ਸਤ ਸੰਗਤ ਵਿੱਚ ਮਿਲਣਾ ਉਹਦੇ ਜੀਵਨ ਚ ਗੁਣ ਪ੍ਰਕਾਸ਼ ਹੁੰਦੇ ਨੇ ਗੁਣ ਪ੍ਰਗਟ ਹੋ ਜਾਂਦੇ ਨੇ ਤੇ ਗੁਣਾ ਕਰਕੇ ਤੇ ਮਨੁੱਖ ਫਲੈਕਸੀਬਲ ਹੋਏਗਾ ਨਾ ਕਹੇਗਾ ਕੋਈ ਗੱਲ ਨਹੀਂ ਹਾਂਜੀ ਮੈਂ ਇੱਥੇ ਆਪਣੇ ਆਪ ਨੂੰ ਸੈੱਟ ਕਰ ਸਕਦਾ ਆ ਅਕੜ ਨਹੀਂ ਕਰਨੀ ਕਈ ਵਾਰੀ ਬੱਚਿਆਂ ਵਿੱਚ ਰਹਿ ਛ ਕੇ ਪਰਿਵਾਰਾਂ ਚ ਬੈਠ ਕੇ ਪਹਿਣਾ ਭਰਾਵਾਂ ਚ ਬੈਠ ਕੇ ਕਈਆਂ ਦੀ ਆਕੜ ਨੇ ਰਿਸ਼ਤੇ ਤੋੜ ਕੇ ਰੱਖ ਦਿੱਤੇ ਜਦੋਂ ਤੁਸੀਂ ਇਦਾਂ ਝਾਤ ਮਾਰੋਗੇ ਵੀ ਗੱਲ ਕੋਈ ਬਹੁਤ ਵੱਡੀ ਨਹੀਂ ਹੁੰਦੀ ਨਿੱਕੀ ਜੀ ਆਕੜ ਕਰਕੇ ਰਿਸ਼ਤਾ ਟੁੱਟ ਜਾਂਦਾ ਹੈ ਦੂਰੀ ਪੈ ਜਾਂਦੀ ਹੈ ਤੋਂ ਪਾਦਸ਼ਾਹ ਨੇ ਸਾਨੂੰ ਇੱਥੇ ਕਿਹੜੇ ਪਿਆਰੇ ਬਚਨ ਕਹ ਕੇ ਮੇਰੇ ਮਾਧੋ ਜੀ ਏ ਮੇਰੇ ਮਾਲਕ ਜੀ ਕਾਲਪੁਰਖ ਜੀ ਸਤ ਸੰਗਤ ਮਿਲੇ ਜਦੋਂ ਇਸ ਮਨ ਨੂੰ ਸਤ ਦੀ ਸੰਗਤ ਮਿਲੇਗੀ ਸੋਤਰਿਆ ਗੁਰ ਪ੍ਰਸਾਦ ਪਰਮਾਤਮਾ ਪਾਇਆ ਤੇ ਸੁੱਕੇ ਕਾਸ਼ ਧਰਿਆ ਜਿਵੇਂ ਸੁੱਕੀ ਲੱਕੜ ਸੁੱਕਾ ਪੌਦਾ ਸੁੱਕਾ ਦਰਖਤ ਪਾਣੀ ਮਿਲਣਾ ਰਿਹਾ ਹੋ ਜਾਂਦਾ ਜਦੋਂ ਮਨ ਨੂੰ ਸਤ ਦੀ ਸੰਗਤ ਮਿਲੇਗੀ ਇਸ ਮਨ ਦੁਆਰਾ ਪੂਰੇ ਤਨ ਦਾ ਪੌਦਾ ਹਰਿਆ ਹੋ ਜਾਏਗਾ ਅੱਖਾਂ ਰੀਆਂ ਹੋ ਜਾਣਗੀਆਂ ਮਨ ਰਿਆ ਹੋ ਜਾਏਗਾ ਉਹਨੋ ਖਦਾ ਚਿਹਰਾ ਵਿਕਾਸ ਵਿੱਚ ਰਹੇਗਾ ਖੇੜੇ ਚ ਰਹੇਗਾ ਕਿਹੜਾ ਕੀਮਤੀ ਸ਼ਬਦ ਵਰਤੇ ਗੁਰੂ ਅਰਜਨ ਸਹਿਬ ਮਹਾਰਾਜ ਦਾ ਇਹ ਸ਼ਬਦ ਆਪਾਂ ਨੂੰ ਜਾਨਣਾ ਆਪਣੇ ਘਰਾਂ ਵਿੱਚ ਪੜ੍ਹਦੇ ਮਹਾਰਾਜ ਕਹਿੰਦੇ ਨੇ ਕਾਹੇ ਰੇ ਮਨ ਚਿਤਮੇ ਉਦਮ ਹੁਣ ਗੱਲ ਮਨ ਦੀ ਹੋ ਰਹੀ ਹੈ ਕਿਉਂਕਿ ਮਨ ਸਤ ਦੀ ਸੰਗਤ ਤੋਂ ਦੂਰ ਹੈ ਵੈਸੇ ਤੇ ਸਾਰੀ ਗੁਰਬਾਣੀ ਮਨ ਨੂੰ ਸੰਬੋਧਨ ਹੈ ਪਰ ਕਈਆਂ ਥਾਵਾਂ ਤੇ ਸਦਾ ਸਪਸ਼ਟ ਹੀ ਮਨ ਸ਼ਬਦ ਵਰਤੇ ਹੁਣ ਜਿਵੇਂ ਆਪਾਂ ਪੜ ਰਹੇ ਹਾਂ ਕਾਹੇ ਰੇ ਮਨ ਚਿਤਮੇ ਉਦਮ हे ਮਨਾ ਤੂੰ ਕਿਹੜੇ ਪੁੱਠਿਆਂ ਕੰਮਾਂ 'ਚ ਲੱਗਿਆ ਹੋਇਆ ਸਤ ਦੀ ਸੰਗਤ ਛੱਡ ਕੇ ਤੂੰ ਐਸ ਟੱਬਰ ਨੂੰ ਪਾਲਣ ਲਈ ਪਤਾ ਨਹੀਂ ਕਿਹੜੇ ਰਸਤੇ ਪਿਆ ਹੋਇਆ ਹੈ ਇਸ ਇਸ ਪਰਿਵਾਰ ਨੂੰ ਹੁਣ ਇੱਕ ਮੰਨਦਾ ਆਪਣਾ ਪਰਿਵਾਰ ਹੈ ਨਾ ਜਿਹੜੇ ਗਿਆਨ ਅੰਦਰੇ ਕਰਮ ਅੰਦਰੇ ਇਹ ਮੰਨਦੀ ਆਪਣੀ ਫੈਮਿਲੀ ਹੈ ਜਦੋਂ ਆਪਾਂ ਬਾਣੀ ਚੋਂ ਪੜਦੇ ਹਾਂ ਬੁੱਢਾ ਵੰਸ ਕਬੀਰ ਕਾ ਕਬੀਰ ਦਾ ਵੰਸ ਡੁੱਬ ਗਿਆ ਉਪਜਿਓ ਪੁੱਤ ਕਮਾਲ ਕਮਾਲ ਦਾ ਮਨਰੂਪੀ ਪੁੱਤਰ ਪੈਦਾ ਹੋਇਆ ਜਿਹਨੇ ਸਾਰਾ ਟੱਬਰ ਹੀ ਡੋਬ ਕੇ ਰੱਖ ਦਿੱਤਾ ਹਰਕਾ ਸਿਮਰਨ ਛੱਡ ਕੇ ਇਹ ਘਰ ਲਿਆਇਆ ਮਾਲ ਹਰੀਦਾ ਸਿਮਰਨ ਛੱਡ ਕੇ ਪਾਵ ਸਤ ਦੀ ਸੰਗਤ ਛੱਡ ਕੇ ਪੁੱਠਾ maal ਇਕੱਠਾ ਕਰਨਾ ਸ਼ੁਰੂ ਕਰਤਾ ਵਕਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਵਿਖਸੋਂ ਗੈਰਹਾ ਜਵੇ ਕਾਹਿਰੇ ਮਨ ਚਿੱਤ ਵਿੱਚ ਉਦਮ ਇਹ ਮਨਾ ਤੂੰ ਕਿਹੜੇ ਪੁੱਠੇ ਤੈਨੂੰ ਤੈਨੂੰ ਲੱਗਦਾ ਵੀ ਮੈਂ ਜਨਤ ਤੱਕ ਐਦਾਂ ਪਾਸੇ-ਆਸੇ ਹੱਥ ਨਾ ਮਾਰਿਆ ਇਹ ਟੱਬਰ ਭੁੱਖਾ ਮਰ ਜਾਣਾ ਕਾਹਿਰੇ ਮਨ ਚਿੱਤ ਵਿੱਚ ਉਦਮ ਜਾਂ ਆਹਰ ਹਰ ਜੀ ਉਹ ਪਰਿਆ ਜਿਸ ਆਹਰ ਦੇ ਵਿੱਚ ਉਹ ਰੱਬ ਮਾਲਕ ਆਪ ਲਗਾ ਹੋਇਆ ਆਉਨੇ ਟੱਬਰ ਭੁੱਖਾ ਨਹੀਂ ਮਰਦਣਾ ਤੇਰੇ ਗਿਆਨ ਅੰਦਰੇ ਕਰਮ ਅੰਦਰਿਆਂ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਏ ਉਹਨੇ ਰਜਕ ਤੇਰੇ ਅੰਦਰ ਪੈਦਾ ਕੀਤਾ ਹੋਇਆ ਹੈ ਹੱਟ ਖੋਲੇ ਹੋਇਆ ਹੈ ਜਿੰਨ ਜਿਓ ਦੀ ਆ ਸੁਰਜ ਕਮਰਾ ਵੇ ਸਭ ਘਟ ਪੀਤ ਰਾਵ ਚਲਾਵੇ ਤੇਰੇ ਅੰਦਰ ਉਹਨੇ ਹੱਟ ਖੋਲੇ ਹੋਇਆ ਇਸ ਮਨਾ ਇਸ ਪਰਿਵਾਰ ਨੂੰ ਰਜਕ ਦੇਣ ਦਾ ਹੱਟ ਉਹਨੇ ਅੰਦਰ ਖੋਲੇ ਹੋਇਆ ਪਰ ਤੇਨੂੰ ਲੱਗਦਾ ਵੀ ਇਹਨਾਂ ਭੁੱਖੇ ਮਰ ਜਣਾ ਤੂੰ ਤੇ ਬਾਰ ਪਜਾ ਫਿਰਦਾ ਤੂੰ ਸਾਦੀ ਸੰਗਤ ਛੱਡ ਕੇ ਕਿਹੜੇ ਪੁੱਠਿਆਂ ਕਮਾਂ ਚ ਪੈ ਗਿਆ ਤਾਂ ਹੀ ਤਾਂ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ ਮੋਸ ਮੋਸ ਰੋਵੇ ਕਬੀਰ ਕੀ ਮਾਈ ਐ ਹੋ ਕੇ ਲੈ ਲੈ ਕੇ ਰੋਂਦੀ ਐ ਕਬੀਰ ਦੀ ਮਾਈ ਹੁਣ ਆਮ ਸੰਪਰਦਾਇ ਭਗਤ ਮਾਲਾ ਵਾਲਿਆਂ ਨੇ ਇਦਾਂ ਲੋਕਾਂ ਦੇ ਵਿੱਚ ਗੱਲ ਫੈਲਾਈ ਐ ਸਾਡੇ ਕਈ ਬਾਬੇ ਵੀ ਸਾਖੀਆਂ ਸੁਣਾਉਂਦੇ ਨੇ ਵੀ ਕਬੀਰ ਦੀ ਮਾਂ ਇਦਾਂ ਹੋ ਕੇ ਲੈ ਲੈ ਕੇ ਰੋਂਦੀ ਐ ਭਗਤ ਕਬੀਰ ਜੀ ਦੀ ਮਾਂ ਡੁਸਕ ਡੁਸਕ ਰੋਂਦੀ ਐ ਕਿ ਜਦੋਂ ਭਗਤ ਕਬੀਰ ਨੇ ਕੰਮ ਛੱਡ ਦਿੱਤਾ ਕੀ ਸੋਚੋ ਜਿਹੜਾ ਬੰਦਾ ਕੰਮ ਛੱਡ ਕੇ ਵਿਹਲਾ ਰਹੇਗਾ ਦੀ ਬਾਣੀ ਉਹਨੂੰ ਮੰਨਤਾ ਦੇਵੇਗੀ ਬਾਣੀ ਤੇ ਜਿਹੜੀ ਆਪ ਕਹੇਰੀ ਹੱਥ ਪਾਉਂ ਕਰ ਕੰਮ ਸਭ ਚੀਤ ਨਰੰજન ਨਾਲ ਜਿਹੜੀ ਬਾਣੀ ਕਿਰਤ ਦਾ ਪੜਾਵਾ ਦੇ ਰਹੀ ਹੋਵੇ ਤੋਂ ਉਹ ਬਾਣੀ ਉਹਨਾਂ ਭਗਤਾਂ ਦੀ ਜਿਨ੍ਹਾਂ ਭਗਤਾਂ ਨੇ ਆਪਣੇ ਜ਼ਿੰਦਗੀ ਚ ਕਦੀ ਕੰਮ ਨਹੀਂ ਛੱਡਿਆ ਜੇ ਹੋ ਸਕਦਾ ਵੀ ਉਹ ਆਪਣੀ ਰੋਜ਼ ਮਰਦ ਦੀ ਜ਼ਿੰਦਗੀ ਚ ਆਪਣੀ ਪਰਿਵਾਰ ਨੂੰ ਪਾਲਣ ਵਾਲਾ ਕੰਮ ਛੱਡ ਕੇ ਬੈਠੇ ਹੋਣ ਸੋਚ ਕੇ ਵੇਖੋ ਭਲਾ ਤੋ ਕਿਹੜਾ ਕੰਮ ਛੱਡਿਆ ਸੋਚ ਕੇ ਵੇਖੋ ਮਸ ਮਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜਿਵੇਂ ਰੁਗਰਾਈ ਉਥੇ ਕਬੀਰ ਦੇ ਬੱਚਿਆਂ ਦੀ ਗੱਲ ਨਹੀਂ ਹੋ ਰਹੀ ਉਥੇ ਤਰਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਐਦਾਂ ਲੱਗਦਾ ਜਿਵੇਂ ਭਗਤ ਕਬੀਰ ਜੀ ਨੇ ਕੰਮ ਛੱਡਤਾ ਰਹਾਉ ਦਾ ਬੰਦ ਕੀਆ ਤਨਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਗ੍ਰਸਤੀ ਨੇ ਭਗਤ ਕਬੀਰ ਜੀ ਇਹਦਾ ਕੰਮ ਛੱਡ ਦਿੱਤਾ ਤੇ ਹਰੀ ਦਾ ਨਾਮ ਸਰੀਰ ਤੇ ਲਿਖ ਲਿਆ ਕਬਹਰੀ ਦਾ ਨਾਮ ਜਪਣ ਲੱਗ ਪੈ। ਇਦਾਰਥੀ ਹੋ ਗਿਆ ਵੀ ਭਗਤ ਕਬੀਰ ਜੀ ਕੰਮ ਛੱਡ ਦਿੱਤਾ ਤੇ ਪਰਿਵਾਰ ਕਿਦਾਂ ਰੋਟੀ ਖਾਏਗਾ ਪਰਿਵਾਰ ਕਿਦਾਂ ਫੜੇਗਾ। ਜਿਹੜੇ ਭਗਤ ਕਬੀਰ ਜੀ ਆਪਣੇ ਸ਼ਲੋਕਾਂ 'ਚ ਇਹ ਸ਼ਲੋਕ ਲਿਖ ਰਹੇ ਨੇ ਵੀ ਨਾਮਾ ਮਾਇਆ ਮੋਹਿਆ ਕਹੇ ਤੋ ਲੋਚਨ ਮੀਤ ਕਾਹੇ ਛੀਪੋ ਛਾਇਲਾ ਰਾਮ ਨਾ ਲਵੋ ਚੀਤ। ਜਿਹੜੇ ਆਪਣੀ ਬਾਣੀ 'ਚ ਲਿਖ ਰਹੇ ਹੁਣ ਵੀ ਨਾਮਾ ਕਹੇ ਤੋ ਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਤੇ ਚੀਤ ਨਰੰਜਨ ਨਾਲ। ਜਿਹੜੇ ਕੰਮ ਛੱਡਣ ਦੀ ਸਾਨੂੰ ਸਿਖਿਆ ਨਹੀਂ ਦੇ ਰਿਹਾ। ਤੋ ਉਹ ਕੰਮ ਕਰਨ ਦੀ ਪ੍ਰੇਰਣਾ ਦੇ ਰਹੇ ਨੇ ਉਹ ਕੰਮ ਛੱਡ ਸਕਦੇ ਭਲਾ ਇੱਥੇ ਗੱਲ ਭਗਤ ਕਬੀਰ ਜੀ ਦੇ ਸਰੀਰ ਦੇ ਪਰਿਵਾਰ ਦੀ ਗੱਲ ਨਹੀਂ ਹੋ ਰਹੀ ਉਹਨਾਂ ਦੇ ਬੱਚੇ ਬੱਚੀਆਂ ਦੀ ਗੱਲ ਨਹੀਂ ਹੋ ਰਹੀ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਨਹੀਂ ਹੋ ਰਹੀ ਪਤਨੀ ਦੀ ਗੱਲ ਨਹੀਂ ਹੋ ਰਹੀ ਇੱਥੇ ਮਨ ਦੇ ਟੱਬਰ ਦੀ ਗੱਲ ਹੋ ਰਹੀ ਹੈ ਕਿਉਂਕਿ ਆ ਦੋ ਚੀਜ਼ਾਂ ਅਲੱਗ-ਅਲੱਗ ਨੇ ਮਨ ਦੀ ਫੈਮਿਲੀ ਵੱਖਰੀ ਹੈ ਤੇ ਤਨ ਦੀ ਫੈਮਿਲੀ ਵੱਖਰੀ ਹੈ ਮਨ ਦਾ ਪਰਿਵਾਰ ਵੱਖਰਾ ਹੈ ਤੇ ਹੁਣ ਕਈਆਂ ਬੰਦਿਆਂ ਨੇ ਵਿਆਹ ਹੀ ਨਹੀਂ ਕਰਾਏ ਛੜੇ ਨੇ ਹੁਣ ਉਹਨਾਂ ਦੇ ਤੇ ਸ਼ਬਦ ਟੁਕਦੇ ਹੀ ਨਹੀਂ ਫਿਰ ਜਦੋਂ ਆਪਾਂ ਪਰਿਵਾਰ ਦੀ ਗੱਲ ਕਰਾਂਗੇ ਹੁਣ ਪਰ ਮੰਨ ਦਾ ਪਰਿਵਾਰ ਸਾਰਿਆਂ ਕੋਲ ਹੈਗਾ ਹੁਣ ਇੱਥੇ ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ ਭਗਤ ਕਬੀਰ ਜੀ ਦਾ ਸ਼ਬਦ ਹੈ ਤਨ ਨਾ ਬੁਨਣਾ ਸਭ ਤਜਿਓ ਹੈ ਕਬੀਰ ਕਬੀਰ ਨੇ ਆਪਣਾ ਤਨ ਨਾ ਬੁਨਣਾ ਇੱਥੇ ਮਨ ਦੀ ਗੱਲ ਮਨ ਨੇ ਮੰਨ ਦਾ ਤਾਣਾ ਬਣਾ ਸਭ ਛੱਡ ਦਿੱਤਾ ਹੈ ਤੇ ਹਰ ਕਾ ਨਾਮ ਲਿਖ ਲਿਓ ਸਰੀਰ ਹਰ ਇੱਕ ਦਾ ਨਾਮ ਆਪਣੇ ਸਰੀਰ ਤੇ ਲਿਖਣ ਦਾ ਅਰਥ ਕੀ ਹੈ ਸਰੀਰ ਦੇ ਵਿੱਚ ਲੋਕ ੴ ਲਿਖ ਲੈਂਦੇ ਕਈਆਂ ਜਿਵੇਂ ਕਿ ਗੋਟ ਤੇ ੴ ਲਿਖਿਆ ਹੁੰਦਾ ੴ ਲਿਖਣ ਨਾਲ ਚੋਰੀ ਕਰਨੀ ਹੱਥ ਬੰਦ ਕਰ ਦੇਵੇਗਾ ਕਈਆਂ ਨੇ ਇੱਥੇ ਇਹਦਾ ਗਰਦਨ ਤੇ ਲਿਖਿਆ ਹੁੰਦਾ ਕਈਆਂ ਨੇ ਆਪਣੇ ਡੋਲਿਆਂ ਤੇ ਖੰਡੇ ਵਾਹੇ ਹੁੰਦੇ ੴ ਲਿਖਿਆ ਹੁੰਦਾ ਇਹਦੇ ਨਾਲ ਕੀ ਹੋ ਜਾਏਗਾ ਭਲਾ ਜਿਹੜੇ ਅੰਦਰ ਦੇ ਬੁਰੇ ਖਿਆਲ ਆ ਉਹਨਾਂ ਨੇ ਤੁਹਾਨੂੰ ਪੁੱਠਿਆਂ ਕੰਮਾਂ ਤੋਂ ਰੋਕਣਾ ਥੋੜਾ ਇੱਥੇ ਭਵੇਂ ਜਿੰਨਾ ਮਰਜ਼ੀ ਲਿਖ ਲਓ ਜਿੰਨਾ ਮਰਜ਼ੀ ਲਿਖੀ ਜਾਓ ਇਹਦੇ ਨਾਲ ਕੀ ਹੋ ਜਾਏਗਾ ਫੇਰ ਗੱਲ ਨੂੰ ਧਿਆਨ ਨਾਲ ਸੁਣਿਓ ਹਰ ਕਾ ਨਾਮ ਲਿਖਿਓ ਲਿਓ ਸਰੀਰ ਦਾ ਅਰਥ ਵਾ ਜਦੋਂ ਅੰਦਰ ਸੱਚ ਦਾ ਨਾਮ ਲਿਖਿਆ ਗਿਆ ਹੱਥਾਂ ਨੇ ਆਪਣੇ ਆਪ ਚੰਗੇ ਕੰਮ ਕਰਨੇ ਪੈਰ ਆਪਣੇ ਆਪ ਸਹੀ ਰਸਤੇ ਤੇ ਤੁਰਨਗੇ ਫਗਤ ਕਬੀਰ ਜੀ ਨੇ ਤਰਨਾ ਬੁਣਾ ਪਾਵ ਮਾਨ ਦਾ ਵਿਕਾਰਾਂ ਦਾ ਤਾਣਾ ਵੜਨਾ ਛੱਡ ਦਿੱਤਾ ਹਰ ਕਾ ਨਾਮ ਲਿਖ ਲਿਓ ਸਰੀਰ ਤੇ 모ਸ 모ਸਰੋ ਵੇ ਕਬੀਰ ਕੀ ਮਾਈ ਜਨਮ ਦਿਨ ਵਾਲੀ ਮਾਂ ਨਹੀਂ ਰੋ ਰਹੀ ਮਨ ਦੀ ਭੈੜੀ ਮਾਤ ਰੋ ਰਹੀ ਹੈ ਇਹ ਵੀ ਮਾਂ ਹੈ ਭੈੜੀ ਮਤ ਵੀ ਮਾਂ ਹੈ ਉਹ ਹੌਕਾ ਲਾ ਲਾ ਕਰਉਂਦੀ ਐ ਇਹ ਬਾਰ ਕੈਸੇ ਜੀਵੇਂ ਰਗਰਾਈ ਕਬੀਰ ਅਡਾ ਟੱਬਰ ਐ ਆ ਅੱਖਾਂ ਕਾਨਨ ਆਸਾਂ ਕਿਦਾਂ ਜੀਉਂਦੇ ਰਹਿਣਗੇ ਤੂੰ ਤੇ ਸਾਰਾ ਕੰਮ ਹੀ ਛੱਡ ਦਿੱਤਾ ਤੂੰ ਤੇ ਪੁੱਠੇ ਕੰਮ ਛੱੜਤੇ ਕਈ ਵਾਰੀ ਬੰਦਾ ਕੋਈ ਬੇਈਮਾਨੀ ਕਰਦਾ ਹੋਵੇ ਨਾ ਲਾਗੇ ਕੋਈ ਇਮਾਨਦਾਰੀ ਦੀ ਗੱਲ ਕਰੇ ਦੂਜਾ ਨਹੀਂ ਕਹਿੰਦਾ ਲੈ ਤੂੰ ਇਮਾਨਦਾਰ ਬਣ ਗਿਆ ਤੇ ਫਿਰ ਘਰ ਕਿੱਦਾਂ ਚੱਲੂ ਉਹ ਕਹਿੰਦੇ ਮੌਸਮ ਮਸਰੋਵੇ ਕਬੀਰ ਕੀ ਮਾਈ ਭਗਤ ਕਬੀਰ ਜੀ ਕਹਿੰਦੇ ਜਿਹੜੀ ਮੇਰੇ ਮਨ ਦੀ ਭੈੜੀ ਮਾਤ ਹੈ ਹੋ ਕੇ ਲੈ ਲੈ ਕੇ ਰੋਂਦੀ ਹੈ ਇਹ ਬਾਰਕ ਕੈਸੇ ਜੀਵੇਂ ਰਗ ਰਾਈ ਕੋ ਕਿਤਨਾਂ ਨਾ ਬੁਲਣਾ ਸਭ ਇਹ ਬਾਰਕ ਕਿਹੜੇ ਸੀ ਸਾਡੇ ਜਿਹੜੇ ਗਿਆਨ ਅੰਦਰ ਤੇ ਕਰਮ ਅੰਦਰ ਇੱਕ ਟੱਬਰ ਹੈ ਨਾ ਮਨ ਦੀ ਮਨ ਦਾ ਬੜਾ ਵੱਡਾ ਪਰਿਵਾਰ ਹੈ ਬੜਾ ਵੱਡਾ ਪਰਿਵਾਰ ਗਲ ਮੰਦੀ ਹੋ ਰਹੀ ਹੈ ਕਿ ਜਬ ਲਗ ਤੋਗਾ ਬਾਹੂ ਬੇਹੀ ਤਬ ਲਗ ਬਿਸਰੇ ਆਰਾਮ ਸ ਨਹੀਂ ਭਗਤ ਕਬੀਰ ਜੀ ਕਹਿੰਦੇ ਜਦੋਂ ਤੇ ਮੈਂ ਵਿਕਾਰਾਂ ਦਾ ਧਾਗਾ ਪਾਉਣ ਲੱਗਦਾ ਉਦੋਂ ਮੈਨੂੰ ਸੱਚ ਭੁੱਲ ਜਾਂਦਾ ਤਬ ਲਗ ਬਿਸਰੇ ਆਰਾਮ ਸ ਨਹੀਂ ਉਸੀ ਮਤ ਮੇਰੀ ਜਾ ਜੁਲਾ ਹਰ ਕਾ ਨਾਮ ਲੈਓ ਮੈਂ ਲਾਹ ਕਹਿ ਤਕਬੀਰ ਸੁਣੋ ਮੇਰੀ ਮਾਈ ਹਮਰਾ ਇਨਕਾ ਰਾਖਾ ਏਕਰ ਉਰਾਈ ਉਹ ਭੈੜੀਏ ਮਤੇ ਉਹ ਭੈੜੀ ਮਾਤ ਰੂਪੀ ਮਾਂ ਤੂੰ ਕੋ ਟੈਨਸ਼ਨ ਲੈ ਨਹੀਂ ਆ ਉਹਨੇ ਮੇਰੇ ਇਸ ਪਰਿਵਾਰ ਦੇ ਰਿਜਕ ਦਾ ਪ੍ਰਬੰਧ ਖੋਲਿਆ ਹੋਇਆ ਉਹਨੇ ਅੰਦਰ ਹੱਟ ਖੋਲਿਆ ਹੋਇਆ ਵਾ ਮੈਨੂੰ ਪੁੱਠੇ ਕੰਮ ਕਰਨ ਦੀ ਲੋੜ ਨਹੀਂ ਐ ਮੈਨੂੰ ਪਾਸੇ ਤਾਣਾ ਬੁਣਨ ਦੀ ਲੋੜ ਨਹੀਂ ਹੈਗੀ ਗੱਲ ਇੱਥੇ ਮਨ ਦੇ ਪਰਿਵਾਰ ਦੀ ਹੋਰੀ ਚਲੋ ਥੋੜੀ ਜੀ ਹੋਰ ਮਦਦ ਲਈ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਚ ਅਨੰਦ ਸਾਹਿਬ ਦੀ ਬਾਣੀ ਚ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲੈ ਕਾਹੀ ਰੀ ਮਨ ਤੇ ਤੂੰ ਉਦੋਂ ਗੱਲ ਮੰਦੀ ਹੋ ਰਹੀ ਤਾਂ ਨਹੀਂ ਹੋ ਰਹੀ ਆ ਚੇਤਾ ਰੱਖਿਓ ਇੱਥੇ ਮਨ ਦੇ ਪਰਿਵਾਰ ਦੀ ਗੱਲ ਹੋ ਰਹੀ ਹੈ ਮਨ ਨੇ ਸਤ ਸੰਗਤ ਕਰਨੀ ਹੈ ਮਨ ਨੇ ਝੂਠੀ ਸੰਗਤ ਕਰਨੀ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਆਹ ਰਹਿ ਮਨ ਚਿੱਤ ਉਹ ਮੈਂ ਮਨਾ ਤੂੰ ਕੋ ਟੈਨਸ਼ਨ ਲੈਣਾ ਤੂੰ ਕੋ ਝੂਠਿਆਂ ਤੋਖਲਿਆਂ ਚ ਪਿਆ ਤੈਨੂੰ ਲੱਗਦਾ ਵੀ ਆ ਟੱਬਰ ਭੁੱਖਾ ਮਰ ਜਾਣਾ ਜਦੋਂ ਤੱਕ ਮੈਂ ਗਲਤ ਕਿਉਂਕਿ ਮਨ ਮੇਲਾ ਸਭ ਕੁਝ ਮੇਲਾ ਹੈ ਮਨ ਦੇ ਅੰਦਰ ਗੰਦਾ ਖਿਆਲ ਹੁੰਦਾ ਤੇ ਅੱਖ ਗਲਤ ਵੇਖਦੀ ਹੈ ਨਾ ਮਨ ਦੇ ਅੰਦਰ ਗੰਦਾ ਖਿਆਲ ਹੁੰਦਾ ਤੇ ਹੱਥ ਚੋਰੀ ਕਰਦੇ ਮਨ ਦੇ ਅੰਦਰ ਗੰਦਾ ਖਿਆਲ ਹੁੰਦਾ ਤੇ ਪੈਰ ਝੂਠੀਆਂ ਗਵਾਹੀਆਂ ਦੇਣ ਤੁਰਦੇ ਨੇ ਮਨ ਨੂੰ ਲੱਗਦਾ ਨਾ ਵੀ ਆ ਟੱਬਰ ਭੁੱਖਾ ਮਰ ਜਾਣਾ ਜਦੋਂ ਤੱਕ ਮੈਂ ਪੁੱਠੇ ਕੰਮ ਨਾ ਕੀਤੇ ਕਾਹੇ ਰੇ ਮਨ ਚਿਤਮੇ ਉਦਮ ਜਾਂ ਆਹਰ ਹਰ ਜਿਓ ਜਿਸ ਆਹਰ ਵਿੱਚ ਉਹ ਮਾਲਕ ਆਪ ਲੱਗਾ ਹੋਇਆ ਸੱਚ ਅਕਾਲ ਪੁਰਖ ਲੱਗਾ ਹੋਇਆ ਆਹੇ ਮਨ ਭੋ ਕਰੇ ਮਨ ਤੂੰ ਕਿਉਂ ਡਰੀ ਕਰੀ ਜਨਾ ਤੂੰ ਹਨੇ ਤੈਨੂੰ ਟੈਨਸ਼ਨ ਹੈ ਨਾ ਤੂੰ ਪੁੱਠਿਆਂ ਕਮਾ ਜੀ ਤੋਰ ਕੇ ਸਾਰੇ ਪਰਿਵਾਰ ਦਾ ਸਤਿਆਨਾਸ਼ ਨਹੀਂ ਮਰਾਇਆ ਤੂੰ ਤੋਂ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ ਨੇ ਇਹ ਮਨ ਪਿਆਰਿਆ ਮਨ ਦੀ ਗੱਲ ਹੋ ਰਹੀ ਏ ਤੂੰ ਸਦਾ ਸੱਚ ਸਮਾਲੇ ਤੂੰ ਸਦਾ ਹੀ ਸੱਚ ਨੂੰ ਸੁਮਾਲਣਾ ਹੈ ਮੇਰੇ ਮਾਦੋ ਜੀ ਸਾਤ ਸੰਗਤ ਮਿਲੇ ਸੋ ਤਰਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਕਿਹੜਾ ਕਟੰਬ ਹੁਣ ਤਾਂਦਾ ਕੇ ਮੰਦ ਹੁਣ ਜੇ ਤੇ ਕਟੰਬ ਦੀ ਗੱਲ ਹੋਵੇ ਮੈਂ ਜਿਹੜੀ ਗੱਲ ਪਹਿਲਾਂ ਕਿ ਵੀ ਕਈਆਂ ਬਾਬਿਆਂ ਤੇ ਵਿਆਹ ਹੀ ਨਹੀਂ ਕਰਾਇਆ ਫਿਰ ਇਹ ਸ਼ਬਦ ਤੇ ਉਹਨਾਂ ਦੇ ਢੁਕਦੇ ਨਹੀਂ ਕਿਉਂਕਿ ਉਹਨਾਂ ਦਾ ਤਾਂ ਕਟੰਬ ਹੈ ਹੀ ਨਹੀਂ ਫਿਰ ਫਿਰ ਇਹ ਸ਼ਬਦ ਉਹਨਾਂ ਤੇ ਲੱਗੂ ਜਿਨ੍ਹਾਂ ਦਾ ਪਰਿਵਾਰ ਹੈ ਜਿਹੜੇ ਬਾਬੇ ਨਾਗੇ ਤੁਰੇ ਫਿਰਦੇ ਜਈਆਂ ਬਾਬਿਆਂ ਨੇ ਸਾਡੇਾਂ ਨੇ ਵੀ ਕਈਆਂ ਨੇ ਵਿਆਹ ਨਹੀਂ ਕਰਾਇਆ ਹੁਣ ਇਹਦਾ ਅਰਥ ਨਹੀਂ ਨਹੀਂ ਮੈਂ ਕਹਿੰਦਾ ਇਹ ਮੈਂ ਗੱਲ ਪਹਿਲਾਂ ਵੀ ਦੁਹਰਾ ਚੁੱਕਾ ਮਨ ਦੀ ਮਰਜ਼ੀ ਕੋ ਵਿਆਹ ਨਾ ਕਰਾਵੇ 100 ਵਾਰ ਨਾ ਕਰਾਵੇ ਪਰ ਮੈਂ ਗੱਲ ਸ਼ਬਦ ਦੀ ਕਰ ਰਿਹਾ ਫਿਰ ਤੇ ਸ਼ਬਦ ਉਹਨਾਂ ਤੇ ਢੁਕਦਾ ਹੀ ਨਹੀਂ ਸ਼ਬਦ ਢੁਕਦਾ ਜਿਨ੍ਹਾਂ ਦੇ ਉਹ ਕਹਣਗੇ ਵੇਖੋ ਜੀ ਆਪਾਂ ਤੇ ਵਿਆਹ ਨਹੀਂ ਕਰਾਇਆ ਇਹ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕਿਉਂ ਕਹਿ ਰਹੇ ਨੇ ਫਿਰ ਤੇ ਗੁਰੂ ਅਮਰਦਾਸ ਜੀ ਦਾ ਤੇ ਆਪਣਾ ਵੀ ਪਰਿਵਾਰ ਹੈਗਾ ਉਹਨਾਂ ਦੇ ਆਪਣੇ ਬੱਚੇ ਬੱਚੀਆਂ ਨੇ ਉਹਨਾਂ ਦੇ ਮਾ ਗੁਰੂ ਅਮਰਦਾਸ ਮਰਗ ਇਹ ਮਨ ਪਿਆਰਿਆ ਮਨ ਦੀ ਗੱਲ ਹੋਰੀ ਮਨ ਦੇ ਪਰਿਵਾਰ ਦੀ ਗੱਲ ਤਨ ਦੇ ਪਰਿਵਾਰ ਦੀ ਗੱਲ ਨਹੀਂ ਹੋ ਰਹੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕਟੰਬ ਤੂੰ ਜੇ ਦੇਖਦਾ ਇਹ ਮਨ ਦਾ ਕਟੰਬ ਕਿਹੜਾ ਮਨ ਦਾ ਕਟੰਬ ਕਿਹੜਾ ਜਿਹੜਾ ਜਿਹੜੇ ਗਿਆਨ ਦੇ ਕਰਮ ਦੇ ਚੱਲੇ ਨਹੀਂ ਤੇ ਜਿਨ੍ਹਾਂ ਨੂੰ ਤੂੰ ਪੱਠੇ ਬੰਨੇ ਤੋਰੀ ਜਾਣਾ ਹੈ ਨਾ ਇਹਨਾਂ ਨੂੰ ਤੈਨੂੰ ਸੋਖ ਨਹੀਂ ਦੇਣਾ ਹੁਣ ਤੁਸੀਂ ਵੇਖੋ ਜੇ ਗਲਤ ਗਲਤ ਮਨ ਜੇ ਅੱਖਾਂ ਗਲਤ ਵੇਖਦੀਆਂ ਪੈਰ ਗਲਤ ਤੁਰਦੇ ਨੇ ਤੇ ਕਲਪਦਾ ਤੇ ਮਾਨੀ ਆ ਨਾ ਮੁੜ ਕੇ ਗਨ ਕਹਿੰਦੇ ਅਸੀਂ ਆਪ ਗਲਤ ਸੁਣ ਲਿਆ ਹੁਣ ਕਲਪੀ ਜਾਂ ਤਗੜਾ ਹੋ ਗੇ ਖਿਜੀ ਜਾਂ ਤਗੜਾ ਹੋ ਗੇ ਅੱਖਾਂ ਦੀਆਂ ਅਸੀਂ ਗਲਤ ਵੇਖਿਆ ਤੂੰ ਹੀ ਤੂੰ ਹੀ ਸਾਨੂੰ ਗਲਤ ਵੇਖਣ ਲਾਇਆ ਸੀ ਹੁਣ ਦੁੱਖ ਵੀ ਤੇ ਤੈਨੂੰ ਹੋਣਾ ਪੈਰ ਕਹਿੰਦੇ ਜੇ ਤੂੰ ਗਲਤ ਝੂਠੀ ਗਵਾਈ ਦੇਣ ਤੂੰ ਹੀ ਤੋਰਿਆ ਸੀ ਮੈਂ ਤੁਰ ਪਿਆ ਤੇਰੇ ਆਕੇ ਲਾ ਕੇ ਹੁਣ ਮੈਂ ਤੇ ਘਰ ਆਣ ਕੇ ਬੈੱਡ ਤੇ ਮੈਂ ਤੇ ਆਣ ਕੇ ਸਿੱਧਾ ਸੌਂ ਗਿਆ ਹਨ ਤਕਲੀਫ ਤੇ ਤੈਨੂੰ ਹੋ ਰਹੀਏ ਮਾਨਨ ਦੇ ਕੋ ਮਿਲ ਸਜਾਏ। ਅਜਾ ਦੇ ਮਾਨੂੰ ਮਿਲਨੀ। ਤੇਰੀ ਅੱਖੇ ਲਾ ਕੇ ਮੈਂ ਤੁਰ ਪਿਆ। اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁੱਟੰਬ ਤੂੰ ਜੇ ਦੇਖਦਾ। ਚੱਲੇ ਨਹੀਂ ਤੇਰੇ ਨਾਲੇ। ਸਾਥ ਤੇਰਾ ਚੱਲੇ ਨਹੀਂ। ਇਨੇ ਤੇਰੇ ਜ਼ਿੰਦਗੀ ਜੂਨ ਦੇ ਵਿੱਚ ਕਿਤੇ ਸਾਥ ਨਹੀਂ ਦੇਣਾ। ਹੁਣ ਮਨ ਦੁਖੀ ਹੋ ਰਿਹਾ ਤੇ ਕੰਨ ਕਹਿੰਦੇ ਮੈਨੂੰ ਕੀ ਲੋੜ ਹੈ ਭਾਈ ਮੈਂ ਤੇਰੇ ਸਾਥ ਥੋੜਾ ਤੁਰਨਾ ਹੁਣ। ਤੂੰ ਜਦੋਂ ਪੰਜਾਂ ਵਕਾਰਾਂ ਦੇ ਨਾਲ ਸਾਨੂੰ ਤੋਰਿਆ ਸੀ ਉਦੋਂ ਉਦੋਂ ਤੂੰ ਆਪਣੀ ਮਨ ਮਰਜ਼ੀ ਕੀਤੀ ਸਾਨੂੰ ਪੁੱਛਿਆ ਤੂੰ ਜੋ ਤੂੰ ਖਰਾਕ ਦੇ ਗਿਆ ਸੀ ਉਹ ਖਰਾਕ ਲਈ ਗਏ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਸਾਥ ਤੇਰੇ ਚੱਲੇ ਨਹੀਂ ਦਾ ਅਰਥ ਕੀ ਹੈ ਜਿੰਦਗੀ ਜੂਣ ਚ ਇਹਨਾਂ ਚੋਂ ਇੱਕ ਨੇ ਵੀ ਤੇਰੇ ਨਾਲ ਨਹੀਂ ਤੁਰਨਾ ਕੋਈ ਜਦ ਤੂੰ ਤੋਰੇ ਪੁੱਠੇ ਬੰਨੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ ਉਂ ਜਿਹੜਾ ਪਰਿਵਾਰ ਦੀ ਗੱਲ ਕਰੀਏ ਕਿ ਪਰਿਵਾਰ ਚੇਤ ਨਹੀਂ ਲਾਉਣਾ ਚਾਹੀਦਾ ਕਿ ਇੱਕ ਗ੍ਰਿਸ਼ਤੀ ਬੰਦੇ ਨੂੰ ਆਪਣੇ ਬੱਚਿਆਂ ਦਾ ਨਹੀਂ ਪਤਾ ਹੋਣਾ ਚਾਹੀਦਾ ਕਿ ਕਿੰਨੇ ਕਿੰਨੀ ਕਲਾਸ 'ਚ ਬੱਚੇ ਪੜ੍ਹਦੇ ਨੇ ਮਾਤਾ ਨੂੰ ਕਿਸੇ ਦਵਾਈ ਦੀ ਲੋੜ ਹੈ ਪਿਤਾ ਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਹੈ ਕਿਸੇ ਭੈਣ ਭਰਾ ਦੇ ਦੁੱਖ ਤਕਲੀਫ 'ਚ ਨਾਲ ਖਲੋਣਾ ਇਹ ਇਹ ਕੋ ਮਾੜੀ ਗੱਲ ਹੈ ਸਭੂ ਜਿਹੜੇ ਲੋਕ ਪਰਿਵਾਰ ਛੱਡ ਕੇ ਬਾੜਾਂ ਦੀਆਂ ਕੰਦਰਾਾਂ ਜਾਵੜੇ ਖਿੱਚ-ਖਿੱਚ ਕੇ ਮਹਾਰਾਜ ਉਹਨਾਂ ਨੂੰ ਥੱਲੇ ਲੈ ਕੇ ਆਏ ਜਿਹੜੇ ਸਭੂ ਪਰਿਵਾਰਾਂ ਨਾਲ ਚਿਤ ਤੋੜ ਬੈਠੇ ਸੀ ਉਹਨਾਂ ਨੂੰ ਸਮਝਾਇਆ ਇਹੀ ਸਮਾਜ ਦੀ ਬੜੀ ਵੱਡੀ ਇੱਕ ਸੇਵਾ ਹੈ ਵੀ ਸਮਾਜ ਵਿੱਚ ਸੋਹਣੇ ਤਰੀਕੇ ਨਾਲ ਜ਼ਿੰਦਗੀ ਜੂਣੀ ਇਹ ਵੀ ਇੱਕ ਸਮਾਜ ਨੂੰ ਸੋਹਣਾ ਬਣਾਉਣ ਵਿੱਚ ਬੜਾ ਵੱਡਾ ਇੱਕ ਯੋਗਦਾਨ ਹੈ ਤੋ ਧੰਨ ਗੁਰੂ ਅਮਰਦਾਸ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁੱਟੰਬ ਤੂੰ ਜੇ ਦੇਖਦਾ ਤੇ ਆ ਸ਼ਬਦ ਸੁਨਾਸਣਾ ਕਿ ਨਾ ਦੇਹ ਤਾਰੀ ਬਾਬਿਆਂ ਨੇ ਚਿੰਟੇ ਖੜਕਾ ਖੜਕਾ ਕੇ ਇਕ ਟਾਂ ਬਣੀ ਤੇਰੇ ਨਾਲ ਜਾਣਾ ਇਹ ਪਰਿਵਾਰ ਤੇਰੇ ਨਾਲ ਨਹੀਂ ਜਾਣਾ ਇਹ ਪਰਿਵਾਰ ਨੇ ਤੇਰੇ ਕੰਮ ਨਹੀਂ ਆਉਣਾ ਤੇ ਜੇ ਅੱਗੇ ਕੋਈ ਸੰਗਤ ਚੋਂ ਖੜਾ ਹੋ ਕੇ ਪੁੱਛ ਲਵੇ ਵੀ ਬਾਬਾ ਜੀ ਸਾਡੇ ਤੇ ਦੋ ਤਿੰਨ ਬੱਚੇ ਆ ਇਹ ਨਾਲ ਨਹੀਂ ਜਾਣੇ ਆ ਏਡਾ ਲਾਣਾ ਇਕੱਠਾ ਕੀਤਾ ਤੁਸੀਂ ਇਹ ਤੁਹਾਡੇ ਨਾਲ ਜਾਊ ਭਲਾ ਆ ਜਿਹੜੇ ਇੱਡੇ ਤੁਸੀਂ ਚੇਲੇ ਇਧਰ ਉਧਰ ਬਿਠਾਏ ਆ ਇਹ ਤੁਹਾਡੇ ਨਾਲ ਤੁਰਨਗੇ ਭਲਾ ਵੀ ਜੇ ਸਾਡੇ ਗ੍ਰਸਤੀਆਂ ਦੇ ਨਹੀਂ ਜਾਣੇ ਤੇ ਜਾਣੇ ਤੁਹਾਡੇ ਵੀ ਨਹੀਂ ਇੱਥੇ ਗੱਲ ਦੁਨਿਆਵੀ ਪਰਿਵਾਰ ਦੀ ਹੋ ਹੀ ਨਹੀਂ ਰਹੀ ਗੱਲ ਤੇ ਮੰਨ ਦੀ ਹੋ ਰਹੀ ਹੈ ਗੱਲ ਤੇ ਬੱਚੇ ਪਤਨੀ ਮਾਂ ਬਾਪ ਭੈਣ ਭਰਾ ਇਹਦੀ ਨਹੀਂ ਹੋ ਰਹੀ। ਇਸੇ ਗਲ ਮੰਨਦੀ ਹੋ ਰਹੀ ਹੈ। ਬਸ ਇਹੋ ਪ੍ਰੋਬਲਮ ਸੀ ਰਮਾਲੇ ਪਾਏ ਉੱਤੇ ਸੋਹਣੇ ਸੋਹਣੇ ਚੌਰ ਕੀਤੇ ਪਾਲਕੀਆਂ ਸੋਹਣੇ ਸੋਹਣੇ ਚੜਾ ਛੜੀਆਂ ਪਰ ਪੜਿਆ ਨਹੀਂ ਕਿ ਵਿੱਚ ਲਿਖਿਆ ਕੀ ਹੈ। ਹੁਣ ਜਿਹੜੀਆਂ ਸਾਖੀਆਂ ਸੁਣਨੀਆਂ ਤੇ ਸੁਣਾਉਣੀਆਂ ਸੂਖੀਆਂ ਨੇ ਬਾਣੀ ਦੀ ਵਿਚਾਰ ਇਹ ਗਲ ਬੇਨਤੀ ਕਰ ਬਾਣੀ ਦੀ ਵਿਚਾਰ ਕਰਨ ਲੱਗਿਆਂ ਵੀ ਸੁਰ ਦਾ ਯੋਗ ਲੱਗਣਾ ਤੇ ਬਾਣੀ ਦੀ ਵਿਚਾਰ ਸੁਣ ਲੱਗਿਆਂ ਪਾਣੀ ਦੀ ਵਿਚਾਰ ਕਰਨ ਨਾਲੋਂ ਵੱਧ ਸੁਣਨ ਵਾਲੇ ਦੀ ਸੁਰ ਦਾ ਜ਼ੋਰ ਲੱਗਣਾ ਪੂਰਾ ਧਿਆਨ ਰੱਖਣਾ ਪੈਣਾ ਕਿਦਾਂ ਗੁਰੂ ਸਾਹਿਬ ਨੇ ਗੱਲ ਕੀਤੀ ਸਾਖੀ ਸੁਣਨੀ ਸੌਖੀ ਹੈ ਗਪੌੜ ਸਾਖੀਆਂ ਸਾਖੀਆਂ ਤੇ ਸਟੇਜਾਂ ਤੇ ਵੀ ਘੜੀਆਂ ਜਾਂਦੀਆਂ ਮਿੰਟਾਂ ਸੈਕਿੰਡਾਂ ਵਿੱਚ ਤੂੰ ਗੁਰੂ ਪਾਸ਼ਾ ਇਥੇ ਬਖਸ਼ਿਸ਼ ਕਰਦੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੇ ਇਹੋ ਜਿਹਾ ਕੰਮ ਮਨਾ ਭੁੱਲ ਕੇ ਨਾ ਕਰੀ ਜੇ ਤੈਨੂੰ ਤੋਂ ਪਛਤਾਈਏ ਤੇ ਤੈਨੂੰ ਪਛਤਾਉਣਾ ਪੈ ਜਾਏ ਉਹ ਕੰਮ ਨਾ ਕਰੀ ਸਤਗੁਰੂ ਕਾ ਉਪਦੇਸ਼ ਸੁਣ ਤੂੰ ਸਤਗੁਰੂ ਦਾ ਉਪਦੇਸ਼ ਸੁਣ ਕੇ ਨੂੰ ਗਿਆ ਮਨ ਹੁਣ ਸੁਣਨਾ ਕਿਨੇ ਮੰਨਨੇ ਤੇ ਮਨ ਕਿਸੇ ਹੋਰ ਆਰਚ ਲੱਗਾ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਹਮੇਸ਼ਾ ਮਨਾ ਤੇਰੇ ਨਾਲ ਹੋਏਗਾ ਹੋਵੇ ਤੇਰੇ ਨਾਲ ਤੇ ਮਾਰੇ ਕਹਿੰਦੇ ਕਹੇ ਨਾਨਕ ਮਾਨੇ ਪਿਆਰੇ ਤੂੰ ਸਦਾ ਸੱਚ ਸਮਾਲੇ। हे ਪਿਆਰੇ ਮਨਾ ਤੂੰ ਸਦਾ ਸੱਚ ਦੀ ਸੰਭਾਲ ਕਰ। ਸਦਾ ਸੱਚ ਨਾਲ ਜੋੜ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਸੇ ਗੁਰੂ ਅਮਰਦਾਸ ਮਹਾਰਾਜ ਜੀ ਦੇ। ਇੱਥੇ ਗੁਰੂ ਅਰਜਨ ਸਾਹਿਬ ਜੀ ਕੀ ਕਹਿੰਦੇ ਨੇ? ਕਾਹੇ ਰੇ ਮਨ ਚਿਤਵੇਂ ਉਦਮ। हे ਮਨਾ ਤੂੰ ਕਿਉਂ ਪੁੱਠਿਆਂ ਕੰਮਾਂ 'ਚ ਪਿਆ ਹੋਇਆ? ਤੈਨੂੰ ਲੱਗਦਾ ਵੀ ਜੇ ਮੈਂ ਆਹ ਗਲਤ ਨਾ ਵੇਖਿਆ, ਗਲਤ ਨਾ ਸੁਣਿਆ, ਭਾਵੇਂ ਤੂੰ ਹੀ ਇਸ ਟੱਬਰ ਨੂੰ ਗਲਤ ਬੰਨੇ ਤੁਰਿਆ ਹੋਇਆ। ਕਾਹਿਰੇ ਮਨ ਚਿਤਮੇ ਉਦਮ ਜਾਂ ਆਹਰ ਹਰ ਜਿਉ ਪਰਿਆ ਜਿਸ ਆਹਰ ਵਿੱਚ ਉਹ ਸੱਚ ਮਾਲਕ ਅਕਾਲਪੁਰਖ ਆਪ ਲੱਗਾ ਹੋਇਆ ਜਿਨੇ ਇਸ ਟੱਬਰ ਨੂੰ ਰਿਜਕ ਦੇਣ ਲਈ ਅੰਦਰ ਏਡਾ ਵੱਡਾ ਹੱਟ ਖੋਲਿਆ ਹੋਇਆ ਮਨਾ ਤੂੰ ਇਧਰ ਉਧਰ ਹੱਥ ਨਾ ਮਾਰ ਕਾਹਿਰੇ ਮਨ ਚਿਤਮੇ ਉਦਮ ਜਾਂ ਆਹਰ ਹਰ ਜਿਉ ਪਰਿਆ ਅੱਗੇ ਕਹਿੰਦੇ ਨੇ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰਤ ਰਿਆ ਸੈਲ ਪੱਥਰ ਮੈਂ ਜੰਤ ਉਪਾਏ ਹੁਣ ਸੈਲਮੀਨ ਪੱਥਰ ਹੁਣ ਪੱਥਰ ਦੇ ਵਿੱਚ ਆਮ ਜਦੋਂ ਤੁਸੀਂ ਵੇਖੇ ਬਾਬੇ ਸਾਖੀਆਂ ਜੀ ਤੋਂ ਦੇਖੋ ਜੀ ਉਹਨੇ ਪੱਥਰਾਂ ਦੇ ਵਿੱਚ ਵੀ ਰੱਜ ਕੇ ਪਚਾ ਦਿੱਤਾ ਪੱਥਰਾਂ ਵਿੱਚ ਕੀੜਿਆਂ ਵਾਸਤੇ ਵੀ ਉਹਨੇ ਉੱਥੇ ਕੋਈ ਰਸਤਾ ਨਹੀਂ ਹੈਗਾ ਉਹ ਭਲੇ ਉਹ ਜਿਹੜਾ ਪੱਥਰ ਦੇ ਵਿੱਚ ਕੀੜਾ ਹੈ ਨਾ ਉਹਦੀ ਖੁਰਾਕ ਵੀ ਪੱਥਰੀ ਹੈ ਇਹਨਾਂ ਵੀ ਉੱਥੇ ਚੌਲ ਤੇ ਡਰਾਈ ਫਰੂਟ ਲੈ ਲੈ ਕੇ ਪਹੁੰਚ ਰਿਹਾ ਕੋਈ ਉੱਥੇ ਜਿਹੜਾ ਪੱਥਰ ਦਾ ਕੀੜਾ ਉਹਦੀ ਖੁਰਾਕ ਵੀ ਪੱਥਰੀ ਹੈ ਭਾਵ ਜਾਨੀ ਕਿ ਜੇ ਪੱਥਰ ਦਾ ਕੀੜਾ ਹੈ ਨਾ ਉਹਦੇ ਵਾਸਤੇ ਉਹਦੀ ਖੁਰਾਕ ਦਾ ਪ੍ਰਬੰਧ ਵੀ ਉੱਥੇ ਹੀ ਹੈ ਜਿੱਥੇ ਹੈਗਾ ਹੈ ਇਹ ਉਦਾਹਰਨ ਹੈ ਕਿ دنیਵੀ ਇੱਕ ਉਦਾਹਰਨ ਦੇ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਮਝਾਇਆ ਹੈ ਵੀ ਗੱਲ ਮਨ ਨੂੰ ਮਨ ਨੂੰ ਸਮਝਾਉਣ ਲਈ ਨਾ ਇਹ ਪੱਥਰ ਦੀ ਉਦਾਹਰਨ ਦੇਣੀ ਪਈ ਗੁਰੂ ਸਾਹਿਬ ਨੂੰ ਵੀ ਸੈਲ ਮਨਾ ਵੇਖ ਜੇ ਪੱਥਰ ਦੇ ਕੀੜੇ ਵਾਸਤੇ ਪੱਥਰ ਦੀ ਖੁਰਾਕ ਦਾ ਪ੍ਰਬੰਧ ਅੰਦਰ ਹੀ ਕੀਤਾ ਹੋਇਆ ਹੈ ਵੀ ਸੈਲ ਪੱਥਰ ਮੈਂ ਜੰਤੂ ਪਾਏ ਵੀ ਸੈਲ ਪੱਥਰ ਮੈਂ ਪੱਥਰ ਦੇ ਵਿੱਚ ਜਿਹੜਾ ਜੰਤ ਪੈਦਾ ਹੋਇਆ ਪੱਥਰ ਦਾ ਜਿਹੜਾ ਕੀੜਾ ਹੈ ਉਹਦੀ ਖੁਰਾਕ ਵੀ ਤੇ ਪੱਥਰੀ ਹੈ ਨਾ ਪੱਥਰੀ ਖਾ ਰਿਹਾ ਹੈ ਤਾ ਕਰਜ ਕਾਗੇ ਕਰਤ ਰੇ ਜੀ ਉਹਦਾ ਰਿਜਕ ਅੱਗੇ ਰਖਿਆ ਤੇ ਮਨਾ ਜਿਹੜਾ ਐਡਾ ਵੱਡਾ ਟੱਬਰ ਐ ਇਹਦਾ ਰਿਜਕ ਨਹੀਂ ਉਹਨੇ ਅੰਦਰ ਰਖਿਆ ਤਾਂ ਆਖਿਆ ਸੀ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਰ ਵਸਤਨਾ ਪਾਲ ਹਰ ਜਿਓ ਉਸ ਹਰੀ ਜੀ ਹਰੀ ਨੇ ਇਸ ਜਿੰਦ ਦੇ ਵਾਸਤੇ ਸੋਹਣਾ ਪ੍ਰਬੰਧ ਕੀਤਾ ਹੋਇਆ ਜਨ ਜਿਓ ਦੀਆ ਸੁਰਜਿਕ ਅੰਬਰਾਵੇ ਉੱਥੇ ਵੀ ਰਿਜਕ ਦੀ ਗੱਲ ਕਿਹਦੀ ਹੋ ਰਹੀ ਹੈ ਮਨ ਦੇ ਰਿਜਕ ਦੀ ਗੱਲ ਹੋ ਰਹੀ ਹੈ ਇਸ ਮਨ ਦੇ ਪਰਿਵਾਰ ਦੇ ਰਿਜਕ ਦੀ ਗੱਲ ਹੋ ਰਹੀ ਹੈ ਜਿਨ ਜਿਉ ਦਿਆ ਸੂਰਜਿਕ ਅੰਬਰਾਵੈ ਸਭ ਘਟ ਪੀਤਰ ਹਾਰਟ ਚ ਲਾਵੈ ਅਗੇ ਦੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਹੁਮਾਰਾ ਜੀ ਕਹਿੰਦੇ ਨੇ ਕਾਹੀ ਰੇ ਮਨ ਚਿਤਮੇ ਉਦਮ हे ਮਨਾ ਤੂੰ ਕਿਹੜੇ ਪਟ ਹੁਣ ਵੇਖੋ ਇਸ ਪਰਿਵਾਰ ਨੂੰ ਖੁਰਾਕ ਚਾਹੀਦੀ ਸਤ ਸੰਤੋਖ ਦਇਆ ਧਰਮ ਤੀਜ ਦੀ ਤੇ ਮਨ ਇਹ ਖੁਰਾਕ ਛੱਡ ਕੇ ਹੋਰ ਹੀ ਖੁਰਾਕ ਦੇਣੀ ਸ਼ੁਰੂ ਕਰ ਰਿਹਾ ਹੁਣ ਦਰਖਤ ਹੈ ਦਰਖਤ ਦੀ ਖੁਰਾਕ ਪਾਣੀ ਹੈ ਹਣ ਦਰਖਤ ਨੂੰ ਪਾਣੀ ਦੀ ਖੁਰਾਕ ਛੱਡ ਕੇ ਕੋਈ ਕਵੇ ਵੇਖੋ ਜੀ ਤੇਲ ਵੀ ਤੇ ਲਿਕਵਿਡ ਗਿਆ ਤੇਖ ਵੀ ਤੇ ਤਰਲ ਪਦਾਰਥ ਸੀ ਗਿਆ ਲਿਆ ਕੇ ਤੇਲ ਦਾ ਡਰਮ ਲਿਆ ਕੇ ਦਰਖਤ ਦੀ ਜੜਾਂ 'ਚ ਪਾ ਦੇ ਪਹਿਲਾਂ ਦੱਸੋ ਜੀ ਉਹਨੇ ਦਰਖਤ ਨਾਲ ਇਨਸਾਫ ਕੀਤਾ ਭਾਵੇਂ ਕੋਈ ਕਵੇ ਖੋ ਜੀ ਤੇਲ ਤੇ ਮਹਿੰਗਾ ਸੀ ਪਾਣੀ ਤਾਂ ਸਸਤਾ ਸੀ ਮੈਂ ਤੇ ਦਰਖਤ ਦਾ ਫਾਇਦਾ ਕੀਤਾ ਗੱਲ ਮਹਿੰਗੇ ਸਸਤੇ ਦੀ ਦਰਖਤ ਦੀ ਖੁਰਾਕ ਪਾਣੀ ਹੈ ਹੁਣ ਪਾਣੀ ਚਾਹੀਦਾ ਹੁਣ ਲੱਕੜਾ ਜਿਹੜੀ ਅੱਗ ਹੈ ਉਹਦੀ ਖੁਰਾਕ ਲੱਕੜਾਂ ਨੇ ਉਹਨੂੰ ਅਗੜ ਪਾਈ ਜਾਓ ਮੱਚਦੀ ਹੈ ਹੁਣ ਕੋਈ ਕਵੇ ਵੇਖੋ ਜੀ ਮੈਂ ਮਿੱਟੀ ਪਾਈ ਉੱਥੇ ਲਿਆ ਕੇ ਮਿੱਟੀ ਉਹਦੀ ਖੁਰਾਕ ਥੋੜਾ ਉੱਥੇ ਅੱਗ ਬੁਝ ਜਾਣੀ ਹੈ ਸਗੋਂ ਜੋ ਜੋ ਜਿੱਥੇ ਜਿੱਥੇ ਪੈਦਾ ਹੋਇਆ ਉਹਦੀ ਉਹੋ ਉਹ ਖੁਰਾਕ ਹੈ ਹੁਣ ਦਰਖਤ ਦੀ ਖੁਰਾਕ ਕੀ ਹੈ ਉਹਨੂੰ ਧਰਤੀ ਚੋਂ ਕਿੰਨਾ ਕੁਝ ਮਿਲਦਾ ਹੈ ਇਸ ਪਰਿਵਾਰ ਦੀ ਖੁਰਾਕ ਹੀ ਸਤ ਸੰਤੋਖ ਦਇਆ ਧਰਮ ਤੀਜ ਤੂੰ ਇਹਨੂੰ ਛੱਡ ਕੇ ਤੂੰ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਨਾਲ ਆਪਣੇ ਆਪ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਤੈਨੂੰ ਲੱਗਦਾ ਵੀ ਜੇ ਮੈਂ ਇਧਰ ਉਧਰ ਹੱਥ ਨਾ ਮਾਰੇ ਤੇ ਇਹ ਉਹ ਖਮਰ ਜਾਣਾ ਮੇਰਾ ਸਾਰਾ ਟੱਬਰ ਗੁਰੂ ਅਰਜਨ ਸਾਹਿਬ ਨੂੰ ਉਦਾਹਰਣ ਦੇਣੀ ਪਈ ਕਾਹੇ ਰੇ ਮਨ ਮਨ ਚਿਤ ਰਖੋ ਕਾਹੇ ਰੇ ਮਨ ਚਿਤਵੇਂ ਉਦਮ ਜਾਂ ਅਹਰ ਹਰ ਜਿਓ ਪਰਿਆ ਸੈਲ ਪੱਥਰ ਮੇ ਆ ਉਦਾਹਰਣ ਹੈ ਵੀ ਸੈਲ ਪੱਥਰ ਮੇ ਜਨ ਤੋਂ ਪਾਏ ਤਾਂ ਕਾਰਜਿਕ ਅਗੇ ਕਰਤਰਿਆ ਵੇਖ ਲਾ ਪੱਥਰ ਦੇ ਵਿੱਚ ਵੀ ਉਹਦੇ ਕੀੜੇ ਦਾ ਰਿਜਕ ਦਾ ਪ੍ਰਬੰਧ ਕੀਤਾ ਹੋਇਆ ਹੈ ਉਹ ਇਹਦਾ ਅਰਥ ਇਹ ਨਹੀਂ ਵੀ ਬਾਰੂ ਸਮਾਨ ਜਾਂਦਾ ਉਹਦੇ ਲਈ ਉਸਤੇ ਕੋ ਹੱਟੀ ਨਹੀਂ ਹੈਗੀ ਵੇਖ ਲੋ ਜੀ ਸਾਰਾ ਪ੍ਰਬੰਧ ਕਿਦਾਂ ਉਹਨੇ ਕੀਤਾ ਹੋਇਆ ਇੱਥੇ ਮਤਲਬ ਹੈ ਪੱਥਰ ਦੇ ਕੀੜੇ ਦਾ ਪ੍ਰਬੰਧ ਪੱਥਰ ਵਿੱਚ ਹੀ ਕੀਤਾ ਹੋਇਆ ਕਿਉਂਕਿ ਉਹਦੀ ਖੁਰਾਕ ਵੀ ਪੱਥਰੀ ਹੈ ਵੇ ਸਮੁੰਦਰ ਦੇ ਵਿੱਚ ਜਿੰਨੇ ਜੀਵ ਜੰਤੂ ਰਹਿੰਦੇ ਨੇ ਉਦਾਹਰਨਾਂ ਦਿੱਤੀਆਂ ਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਉੱਤੇ ਵੀ ਗੱਲ ਮਾਨੂੰ ਸਮਝਾਈ ਹੈ ਮਾਨੂੰ ਸਮਝਾਉਣ ਲਈ ਆਖਿਆ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੇ ਜੰਤ ਉਪਾਇਨ ਤਨਾ ਬਿਰੋਜੀ ਦੇ ਉੱਥੇ ਹੱਟ ਨਾ ਚੱਲੇ ਨਾ ਕੋਈ ਕਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਉੱਥੇ ਵੀ ਮਨ ਨੂੰ ਸਮਝਾਇਆ ਮਨਾ ਤੂੰ ਕਿਉਂ ਟੈਨਸ਼ਨ ਲਈ ਜਾਣਾ ਤੈਨੂੰ ਲੱਗਦਾ ਮੈਂ ਜਿੱਦਣ ਇੱਧਰ ਉਧਰ ਹੱਥ ਨਾ ਮਾਰਿਆ ਤੇ ਮੇਰੇ ਤੇੜਾ ਮੇਰੇ ਅੰਦਰ ਦਾ ਟੱਬਰ ਭੁੱਖਾ ਮਰ ਜਾਣਾ ਹੈ ਗੱਲ ਉੱਥੇ ਤਨ ਦੇ ਪਰਿਵਾਰ ਦੀ ਨਹੀਂ ਹੋ ਰਹੀ ਮਨ ਦੇ ਪਰਿਵਾਰ ਦੀ ਹੋ ਰਹੀ ਹੈ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਜ਼ਿਕ ਅਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਰਾਸ਼ਟ ਹਰਿਆ ਹੇ ਮਾਦੋ ਜੀ ਹੇ ਮਾਇਆ ਦੇ ਪਤੀ ਵੈਗੁਰ ਅਕਾਲ ਪੁਰਖ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰੂ ਦੇ ਪ੍ਰਸਾਦ ਸਦਕਾ ਪਰਮ ਪਦ ਮਿਲ ਗਿਆ ਪਾਵ ਉਹ ਅਵਸਥਾ ਪ੍ਰਾਪਤ ਹੋ ਗਈ ਜਿੱਥੇ ਹੁਣੇ ਮਨ ਇਸ ਪਰਿਵਾਰ ਨੂੰ ਗਲਤ ਰਸਤੇ ਨਹੀਂ ਤੋਰ ਸਕਦਾ ਹੁਣ ਇੱਕ ਵੀ ਗਲਤ ਫੁਰਨਾ ਦਿਮਾਗ ਵਿੱਚ ਨਹੀਂ ਆਉਂਦਾ ਪਰਮ ਪਦ ਪਾਇਆ ਤੇ ਸੂਕੇ ਕਾਸ਼ਟ ਹਰਿਆ ਹੁਣ ਜਿਵੇਂ ਸੁੱਕਾ ਦਰਖਤ ਸੁੱਕਾ ਪੌਦਾ ਰਿਆ ਹੋ ਜਾਂਦਾ ਹੈ ਇਦਾਂ ਹੀ ਹੁਣ ਮਨ ਸਤ ਦੀ ਸੰਗਤ ਨਾਲ ਜੁੜ ਕੇ ਤੇ ਹਰਿਆ ਹੋ ਗਿਆ ਮਹਾਰਾਜ ਕਹਿੰਦੇ ਨੇ ਅੱਗੇ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਜਨਨ ਜਨਨ ਮੀਨਿੰਗ ਮਾਂ ਜਨਨ ਪਿਤਾ ਪਿਤਾ ਜਨਨ ਮਾਂ ਜਨਨ ਪਿਤਾ ਲੋਕ ਲੋਕ ਮੀਨਿੰਗ ਸਮਾਜ ਜਨਨ ਪਿਤਾ ਲੋਕ ਸੁੱਤ ਮਨ ਪੁੱਤਰ ਬਨਤਾ ਮਨ ਇਸਤਰੀ ਇਹ ਪੰਜੇ ਚੀਜ਼ਾਂ ਆ ਗਈਆਂ ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਧਰਿਆ ਭਾਵੇਂ ਇਹਨਾਂ ਵਿੱਚੋਂ ਕੋਈ ਵੀ ਭਾਵੇਂ ਮਾਂ ਹੈ ਭਾਵੇਂ ਪਿਤਾ ਹੈ ਭਾਵੇਂ ਸਮਾਜ ਹੈ ਭਾਵੇਂ ਪੁੱਤਰ ਹੈ ਭਾਵੇਂ ਇਸਤਰੀ ਹੈ ਇਹਨਾਂ ਵਿੱਚੋਂ ਕੋਈ ਵੀ ਇਸ ਪਰਿਵਾਰ ਨੂੰ ਗਲਤ ਰਸਤੇ ਜਾਣ ਤੋਂ ਰੋਕ ਨਹੀਂ ਸਕਦਾ ਉਜਰੋ ਕਿਸੇ ਬੰਦੇ ਨੇ ਗਲਤ ਰਸਤੇ ਪੈਣਾ ਮਾਂ ਰੋਕ ਸਕਦੀ ਹੈ ਮਾੜਾ ਮੋਟ ਕਹਿ ਸਕਦੀ ਹੈ ਪੁੱਤ ਐਦਾਂ ਨਾ ਐਦਾਂ ਕਰ ਪਰ ਰਾਖੀ ਥੋੜਾ ਕਰ ਸਕਦੀ ਹੈ ਰਾਖੀ ਤੇ ਉਹਨੂੰ ਆਪਣੀ ਆਪ ਕਰਨੀ ਪੈਣੀ ਆਪਣੇ ਸ਼ਹਿਰ ਦਾ ਕੋਤਵਾਲ ਖੁਦ ਬਣਨਾ ਪੈਣਾ ਤੁਹਾਡਾ ਬੱਚਾ ਕੋਈ ਕਾਲਜ ਪੜ੍ਹਦਾ ਹੈ ਤੁਹਾਡਾ ਪੁੱਤਰ ਤੁਹਾਡੇ ਤੋਂ ਦੂਰ ਪੜ੍ਹਦਾ ਹੈ ਕਿੰਨੀ ਕੁ ਰਾਖੀ ਕਰ ਲੋਗੇ ਇਹਦਾ ਕੋਈ ਪਰਿਵਾਰ ਦਾ ਕੋਈ ਜੀਓ ਤੋਂ ਦੂਰ ਬੈਠਾ ਕਿੰਨੀ ਕੁ ਰਾਖੀ ਕਰ ਲੋ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ ਇਹ ਗੱਲ ਸੱਚ ਹੈ ਜਨਨ ਪਿਤਾ ਲੋਕ ਸੁੱਤ ਬਣਤਾ ਕੋਈ ਨਾ ਕਿਸ ਕੀ ਤਰਿਆ ਕਿਸੇ ਨੂੰ ਕਿਸੇ ਦਾ ਅਸਰਾ ਨਹੀਂ ਹੁਣ ਐ ਸਮਝਿਓ ਇਹਨਾਂ ਵਿੱਚੋਂ ਕੋਈ ਵੀ ਇੱਕ ਦੂਜੇ ਦੀ ਇਸ ਖੁਰਾਕ ਦਾ ਪ੍ਰਬੰਧ ਨਹੀਂ ਕਰ ਸਕਦਾ ਬਾਣੀ ਚ ਲਿਖਿਆ ਗੁਰੂ ਅਰਜਨ ਸਾਹਿਬ ਜੀ ਨੇ ਨੈਣੋ ਨੀਂਦ ਪਰਦ੍ਰਿਸ਼ਟ ਵਿਕਾਰ ਅੱਖਾਂ ਵਿੱਚ ਨੀਂਦ ਦੇ ਪ੍ਰਾਇਰੂਪ ਤਕਣ ਦੀ ਸਰਵਣ ਸੋਇ ਸੁਣ ਨੀਂਦ ਦੇ ਵਿਚਾਰ ਰਸਨਾ ਸੋਇ ਲੋਭ ਮੀਠੇ ਸਵਾਦ ਮਨ ਸੋਇਆ ਮਾਇਆ ਵਿਸਮਾ ਇਸ ਗ੍ਰਹਿ ਮੈਂ ਐਸ ਸ੍ਰੀ ਰੂਪੀ ਕਰਿ ਕੋਈ ਜਾਗਤ ਰਹਿ ਸਬਤ ਵਸਤੋ ਆਪਣੀ ਲਹਿ ਕਿਉਂਕਿ ਸਗਲ ਸੁਹੇਲੀ ਆਪਣੇ ਰਸ ਮਾਤੀ ਸਾਰੇ ਗਿਆਨ ਇੰਦਰੀ ਆਪਣੇ ਆਪਣੇ ਰਸ ਚ ਮਸਤ ਹੈ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਕਿਉਂਕਿ ਮੂਸਨ ਹਰ ਪੰਜ ਬਟਵਾਰੇ ਪੰਜ ਠੱਗਣ ਵਾਲੇ ਸੀ ਸੂਨੇ ਨਗਰ ਜਦੋਂ ਸਾਰੇ ਰਸ ਵਿੱਚ ਮਸਤੀ ਉਹ ਆਏ ਪੰਜੇ ਘਰ ਸੁੰਨਾ ਮਿਲ ਗਿਆ ਸੂਨੇ ਨਗਰ ਪਰੇਠ ਘਾਰੇ ਉਨਤੀ ਰਾਖੇ ਬਾਪ ਨਾ ਮਾਈ ਆ ਗਈ ਨਾ ਗੱਲ ਉਤੇ ਜਨਨ ਪਿਤਾ ਲੋਕ ਸੋ ਤੋਂ ਬਣਤਾ ਉਨਤੇ ਰੱਖੇ ਬਾਪ ਨਾ ਮਾਈ ਕਿੰਨਾ ਤੋਂ ਪਾਵੋ ਇਨਾ ਪੰਨਾਂ ਵਿਕਾਰਾਂ ਤੋਂ ਮਾਂ ਬਾਪ ਬਾਈ ਨਹੀਂ ਬਚਾ ਸਕਦੇ ਕਿਦਾਂ ਬਚਾ ਸਕਦੇ ਜ ਤੁਸੀਂ ਕਈ ਬੱਚੇ ਵੇਖੇ ਹੋਣੇ ਨੇ ਕਈ ਬੱਚੇ ਬਿਨਾ ਮਾਂ ਬਾਪ ਤੋਂ ਵੀ ਗਲਤ ਰਸਤੇ ਨਹੀਂ ਪੈਂਦੇ ਮਾਂ ਬਾਪ ਹੈ ਨਹੀਂ ਤਾਂ ਵੀ ਗਲਤ ਰਸਤੇ 'ਤੇ ਪਏ ਤੇ ਕਈ ਮਾਂ ਬਾਪ ਦੇ ਹੁੰਦੇ ਆ ਉਠਿਆ ਕੰਮਾਂ 'ਚ ਪਏ ਹੁੰਦੇ ਨੇ ਮਾਂ ਬਾਪ ਦੇ ਕੋਲ ਰਿਆ ਵੀ ਕਈ ਬੱਚੇ ਪ੍ਰਦੇਸ਼ ਨੇ ਮਾਂ ਬਾਪ ਕੋਲ ਥੋੜਾ ਉੱਥੇ ਵੀ ਗਲਤ ਕੰਮ ਕਰ ਲੱਗਿਆ 100 ਵਾਰ ਸੋਝੇ ਨੇ ਤੇ ਕਈ ਮਾਂ ਬਾਪ ਦੇ ਕੋਲ ਰਿਆ ਕਿ ਵੀ ਪੁੱਠੇ ਕੰਮ ਕਰੀ ਜਾਂਦੇ ਨੇ ਹੁਣ ਇਹ ਮਾਪੇ ਬਾਬ ਦੇ ਕੋਲ ਨੇ ਕਈ ਆਮ ਹੀ ਕਹਣਗੇ ਹੁਣ ਮਾਪੇ ਨਹੀਂ ਰਿਹਾ ਜੀ ਹੁਣ ਤੇ ਰੱਬ ਹੀ ਰੱਖਿਆ ਦਾ ਤੇ ਕੀ ਗਾਰੰਟੀ ਹੈ ਇਥੇ ਤੇ ਨਸ਼ੇ ਸ਼ਡਾਊ ਕੇਂਦਰਾਂ ਚ ਮਾਮਾ ਲਈ ਫਿਰਦੀਆਂ ਨੇ ਕਿਆਂ ਨੂੰ ਪਿਓ ਲਈ ਫਿਰਦੇ ਨੇ ਉਹ ਤੇ ਮਾਪੇ ਬਾਬ ਤੇ ਹੁੰਦਿਆਂ ਵੀ ਨਸ਼ਿਆਂ ਚ ਪੈ ਕੇ ਗਲਤ ਬੰਨੇ ਤੁਰ ਪਏ ਤਾਂ ਇਹ ਕੋਈ ਕਸਵਟੀ ਨਹੀਂ ਹੈਗੀ ਵੀ ਮਾਪੇ ਬਾਬ ਰੋਗ ਪਾਨਗੇ ਕੋਈ ਕਿਸੇ ਨੂੰ ਰੋਗ ਹਰ ਬੰਦੇ ਨੂੰ ਆਪਣੀ ਰਾਖੀ ਖੁਦ ਆਪ ਕਰਨੀ ਪੈਣੀ ਹੈ ਹੁਣ ਤੇ ਰਾਖੇ ਬਾਪ ਨਾ ਮਾਈ ਜਨਨ ਪਿਤਾ ਲੋਕ ਸਤੋਂ ਬੰਨਤਾ ਕੋਈ ਨਾ ਕਿਸ ਕੀ ਧਰਿਆਦਾਰਤ ਕੀ ਹੈ ਕਿ ਇਹਨਾਂ ਚੋਂ ਕੋਈ ਵੀ ਕਿਸੇ ਨੂੰ ਕਿਸੇ ਦੇ ਵਿਗੜੇ ਹੋਏ ਮਨ ਦੇ ਪਰਿਵਾਰ ਨੂੰ ਸੁਧਾਰਨ ਵਿੱਚ ਮਦਦ ਨਹੀਂ ਕਰ ਸਕਦਾ ਹਰ ਇੱਕ ਨੂੰ ਆਪਣੀ ਮਦਦ ਖੁਦ ਆਪ ਕਰਨੀ ਪੈਣੀ ਹੈ ਜੇ ਇਦਾਂ ਹੁੰਦੀ ਹੁੰਦੀ ਨਾ ਫਿਰ ਮੋਹਨ ਨੂੰ ਕਮਲਾ ਨਾਲ ਲਿਖਦੇ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਕਹਿੰਦੇ ਜੇ ਮੈਂ ਸੁਧਰਿਆ ਜੇ ਮੇਰਾ ਮੈਂ ਕਰਮਕਾਂਡ ਕਰਕੇ ਇਸ ਬੰਨੇ ਤੁਰਿਆ ਮੈਂ ਇਸ ਪਦਵੀ ਤੱਕ ਜਾਦਾ ਮੇਰਾ ਪੁੱਤਰ ਵੀ ਜਾਵੇ ਕੋਈ ਬਾਪ ਨਹੀਂ ਚਾਹੁੰਦਾ ਮੇਰਾ ਬੱਚਾ ਗਲਤ ਰਸਤੇ ਪਵੇ ਪਰ ਸ੍ਰੀ ਚਾਂਦੇ ਸਿਰ ਤੇ ਜੜਾਵਾਂ ਤੇ ਉਹ ਉਹ ਉਦਾਸੀ ਮਾਤ ਨੂੰ ਪਰਵਾਣ ਨਾ ਕਰਦਾ ਪਰ ਹਰ ਇੱਕ ਬੰਦੇ ਦੀ ਆਪਣੀ ਜ਼ਿੰਮੇਵਾਰੀ ਹੈ ਹਰ ਇੱਕ ਇਨਸਾਨ ਦੀ ਆਪਣੀ ਤੁਸੀਂ ਕਹਿ ਸਕਦੇ ਹੋ ਹੁਣ ਜ਼ਬਾਨੀ ਕਲਾਮੀ ਆਪਣੇ ਪੁੱਤਰ ਨੂੰ ਕਹਿ ਸਕਦੇ ਹੋ ਪੁੱਤਰਾ ਕੰਮ ਨਾ ਕਰੀ ਪਰ ਜੋ ਕਰਦਾ ਹੈ ਫਿਰ ਵੀ ਤੁਹਾਡੇ ਕਹਿਣ ਦੇ ਬਾਵਜੂਦ ਗਲਤ ਰਸਤੇ ਪੈ ਗਿਆ ਇਹ ਚ ਹੁਣ ਤੁਹਾਡਾ ਕੀ ਕਸੂਰ ਤੁਸੀਂ ਤੇ ਆਪਣੇ ਵੱਲ ਫਰਜ਼ ਨਿਭਾਇਆ ਸੀ ਨਾ ਤੁਸੀਂ ਤੇ ਆਪਣੇ ਵੱਲੋਂ ਜ਼ਿੰਮੇਵਾਰੀ ਨਿਭਾਈ ਹੈ ਨਾ ਕਿ ਉਹ ਨਾ ਤੁਰੇ ਗਲਤ ਰਸਤੇ ਹਾਂ ਆਪ ਹੀ ਬੱਚੇ ਨੂੰ ਗਲਤ ਰਸਤੇ ਤੋਰ ਦੇਣਾ ਇਹ ਬੰਦੇ ਦੀ ਗਲਤੀ ਹੈ ਤੁਸੀਂ ਜੇ ਕੋਸ਼ਿਸ਼ ਇੱਕ ਵਾਰੀ ਕੋਸ਼ਿਸ਼ ਕਰੋ ਆਪਣੇ ਲਈ ਯਤਨ ਕਰੋ ਚੰਗਾ ਬੀਜ ਬੀਜਣ ਦੀ ਇਥੇ ਸ਼ਬਦ ਬੜਾ ਪਿਆਰਾ ਵਰਤਿਆ ਉਣ ਤੇ ਰੱਖੇ ਬਾਪ ਨਾ ਮਾਈ ਉਣ ਤੇ ਰੱਖੇ ਮੀਤ ਨਾ ਭਾਈ ਅਚਾ ਨਾ ਕੋ ਮਿੱਤਰ ਤੇ ਭਰਾਏ ਵਿਚਾਰ ਸਕਦਾ ਕਈ ਭਰਾਵਾਂ ਦੇ ਹੁੰਦੇ ਆ ਮਿੱਤਰਾਂ ਦੇ ਹੁੰਦੇ ਆ ਵੀ ਗਲਤ ਰਸਤੇ ਪੈ ਜਾਂਦੇ ਨੇ ਦਰਬ ਸਿਆਣਪ ਨਾ ਹੋਏ ਰਹਤੀ ਦਰਬ ਨਾਲ ਪੈਸੇ ਨਾਲ ਵੀ ਇਹਨਾਂ ਨੇ ਵਾਸਚ ਨਹੀਂ ਆਉਣਾ ਤੁਸੀਂ ਪੁੱਠਿਆਂ ਬੰਨਿਆਂ ਤੋਂ ਨਹੀਂ ਰੋਕ ਸਕਦੇ ਸਿਆਣਪ ਕਿਸ ਚਤਰਾਈ ਚਲਾਕੀ ਨਾਲ ਆਇ ਕਉਤ੍ਰਿਕਾ ਸਾਧ ਸੰਗੁਏ ਦੁਸ਼ਟ ਵਸੋਤੇ ਸਤ ਦੀ ਸੰਗਤ ਕੀਤੇ ਇਹਨਾਂ ਦੁਸ਼ਟਾਂ ਨੂੰ ਨਾਤ ਪਾਈ ਜਾ ਸਕਦੀਏ ਸਾਧ ਸੰਗੁਏ ਦੁਸ਼ਟ ਵਸੋਤੇ ਕਰਿ ਕਿਰਪਾ ਮੇ ਸਾਰੰਗ ਪਾਣ ਸੰਤਨ ਧੂਰ ਸਰਬ નિਧਾਨ ਸਾਬਤ ਪੂੰਜੀ ਸਤਗੁਰ ਸੰਗ ਬਸ ਇਹ ਜਿਹੜੀ ਪੂੰਜੀ ਖੁੱਸਦੀ ਜਾ ਰਹੀ ਹੈ ਨਾ ਗੁਰੂ ਦੀ ਵਿਚਾਰ ਦੁਆਰਾ ਹੀ ਇਸ ਪੂੰਜੀ ਨੂੰ ਇਕੱਠਿਆ ਕੀਤਾ ਜਾ ਸਕਦਾ ਤੋ ਇਥੇ ਮਾਰੇ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਕੋਈ ਨਾ ਕਿਸ ਕੀ ਧਰਿਆ ਭਾਵ ਇਹਨਾਂ ਵਿੱਚੋਂ ਕੋਈ ਵੀ ਇਸ ਮੰਨ ਦੇ ਇਸ ਪਰਿਵਾਰ ਨੂੰ ਸੱਚ ਦਾ ਆਸਰਾ ਨਹੀਂ ਦੇ ਸਕਦਾ ਹਾਂ ਇੱਕੋ ਹੀ ਹੈ ਮੇਰੇ ਮਾਦੋ ਜੀ ਸਾਤ ਸੰਗਤ ਮਿਲੈ ਸੋ ਧਰਿਆ ਮਾਪੇ ਤੋਂ ਦੂਰ ਜਾ ਕੇ ਵੀ ਉਹ ਸਾਤ ਸੰਗਤ ਨਾਲ ਜੁੜ ਸਕਦਾ ਤੇ ਮਾਪੇ ਦੇ ਕੋਲ ਰਹਿ ਕੇ ਵੀ ਸਾਤ ਸੰਗਤ ਨਾਲ ਜੁੜ ਸਕਦਾ ਪਰ ਜੁੜਨਾ ਉਹਨੂੰ ਖੁਦ ਆਪ ਪੈਣਾ ਹੈ ਤੋਂ ਗੱਲ ਮੰਨ ਨੂੰ ਸਮਝਾਈ ਕਹਿੰ ਲਗੇ ਊੜਾ ਹੁਣ ਅਗਲੀ ਉਦਾਹਰਣ ਫਿਰ ਦਿੰਦੀ ਕਹਿੰਦੇ ਊੜਾ ਊਡਾ ਵੈ ਸਹ ਕੋਸਾਂ ਸਪਾਸ਼ੇ ਬਚਰਾ ਸ਼ਰਿਆ ਹੁਣ ਦੂਜੀ ਉਦਾਹਰਨ ਦਿੱਤੀ ਕੂੰਜ ਦੀ ਜਿਹੜੀਆਂ ਕੂੰਜਾਂ ਨੇ ਹੁਣ ਹੁਣ ਕਿੱਡੇ ਪਿਆਰੇ ਸ਼ਬਦ ਵਰਤੇ ਨੇ ਕਿੰਨੀਆਂ ਪਿਆਰੀਆਂ ਉਦਾਹਰਨਾਂ ਦੇ ਦਿੱਤੀ ਕਿ ਸਮਝ ਆਏ ਕਹਿੰਦੇ ਜਨਨ ਪਿਤਾ ਲੋਕ ਸੁੱਤ ਬਣਤਾ ਕੋਈ ਨਾ ਕਿਸ ਕੀ ਧਰਿਆ ਕਹਿੰਦੇ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਸਿਰ 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 ਰਿਜਕ ਸੰਭਾਈ ਠਾਕੁਰ ਦਰਸਤ ਕੀ ਹੈ ਜੋ ਵੀ ਹੈ ਪਾਵੇਂ ਕੋ ਦਰਖਤ ਹੈ ਪਾਵੇਂ ਆਕਾਸ਼ ਚ ਉਡਣ ਵਾਲਾ ਪੰਛੀ ਹੈ ਜਿੱਥੇ ਵੀ ਹੈ ਉਹਨੇ ਹਰ ਇੱਕ ਦੇ ਰਿਜਕ ਦਾ ਪ੍ਰਬੰਧ ਉਸ ਰੂਪ ਚ ਕਿਤੇ ਨਾ ਕਿਤੇ ਕੀਤਾ ਹੋਇਆ ਹੈ ਉਹ ਜਾਣਾ ਨੂੰ ਆ ਪੈਣਾ ਹੁਣ ਪੰਚ ਪਸ਼ੂ ਪੰਛੀ ਰਜ਼ਿਕ ਤੇ ਉਹਨਾਂ ਦਾ ਪਿਆ ਹੈ ਨਾ ਉੱਡ ਕੇ ਰਜ਼ਿਕ ਤੱਕ ਤੇ ਜਾਣਾ ਪੈਣਾ ਹੈ ਨਾ درخت ਦਾ ਰਜ਼ਿਕ ਧਰਤੀ 'ਚ ਪਿਆ ਜਿੰਨਾ ਮਰਜ਼ੀ ਲਈ ਜਾਵੇ ਜਿੰਨਾ ਮਰਜ਼ੀ ਧਰਤੀ 'ਚੋਂ ਤਤ ਲਈ ਜਾਵੇ ਸਿਰ ਸਿਰ ਰਜ਼ਿਕ ਸੰਬਾਹੇ ਠਾਕੁਰ ਉਹ અપੜਾ ਰਿਹਾ ਉਹਨੇ ਰਜ਼ਿਕ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ ਕਾਹੇ ਮਨ ਗੱਲ ਮੰਨ ਉਸ ਨੇ ਮਨ ਨਾ ਤੂੰ ਕਿਉਂ ਪੁੱਠੇ ਪੰਨੇ ਪਿਆ ਹੈ ਤੂੰ ਕਿਉਂ ਲਿਆ ਕੇ ਗਲਤ ਖਰਾਕ ਇਸ ਪਰਿਵਾਰ ਨੂੰ ਦੇਈ ਜਾਣਾ ਹੈ ਅਤੇ ਤੇਰੇ ਸਾਹਮਣੇ ਹੁਣ ਮੈਂ ਸਾਰੀਆਂ ਉਦਾਹਰਨਾਂ ਦੇ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਮਝਾਉਂਦਾ ਵੀ ਸਿਰ ਸਿਰਜਿਕ ਸੰਬਾਹੇ ਠਾਕੁਰ ਜਿਹਨੂੰ ਜਿਹਨੂੰ ਜੋ ਜੋ ਰਜ਼ਿਕ ਚਾਹੀਦਾ ਉਹ ਰਜ਼ਿਕ ਦਾ ਪ੍ਰਬੰਧ ਕੀਤਾ ਹੋਇਆ ਪਰ ਪਹੁੰਚਣਾ ਪੈਣਾ ਉਸ ਰਜ਼ਿਕ ਤੱਕ ਇਸੇ ਤਰ੍ਹਾਂ ਇਸ ਪਰਿਵਾਰ ਦਾ ਰਜ਼ਿਕ ਵੀ ਪਿਆ ਹੋਇਆ ਹੁਣ ਪਰਿਵਾਰ ਨਹੀਂ ਜਾਂਦਾ ਉਸ ਰਜ਼ਿਕ ਤੱਕ ਇੱਥੇ ਸਾਡਾ ਕੀ ਕਸੂਰ ਹੈ ਰਜ਼ਿਕ ਤੇ ਅੰਦਰ ਪਿਆ ਹੋਇਆ ਅੰਦਰ ਸਤ ਸੰਤੋਖ ਦਇਆ ਧਰਮ ਦਾ ਰਜ਼ਿਕ ਪਿਆ ਹੈ ਨਾ ਅੰਦਰ ਸਾ ਸੰਗਤ ਜੀ ਤੁਸੀਂ ਘਰਾਂ 'ਚ ਬੈਠੇ ਸੁਣ ਰਹੇ ਜੇ ਸੱਤ ਸੰਤੋਖ ਦਇਆ ਧਰਮ ਧੀਰਜ ਇਹ ਰਜਿਕ ਬੰਦੇ ਦੇ ਅੰਦਰ ਪਿਆ ਹੈ ਨਾ ਤੇ ਨਹੀਂ ਮੰਨਨੇ ਲੈ ਐ ਚ ਕਸੂਰ ਕੇ ਦਾ ਹੋਰ ਆਪਣੇ ਕਸੂਰ ਹੈ ਨਾ ਇਹ ਰਜਿਕ ਨਾਂ ਦੇ ਕੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤੇਲ ਪਾਈ ਜਾਂਦਾ ਇਹ ਚ ਜਿੰਦਗੀ ਤਬਾਹ ਕਰੀ ਜਾਂਦਾ ਆਪਣੀ ਸਿਰ ਸਿਰ ਰਜਿਕ ਸੰਭਾਹੇ ਆਉ ਕਰ ਕਾਹੇ ਮੰਨ ਮੰਦੀ ਗੱਲ ਹੋ ਰਹੀ ਏ ਅਹਿਮਨ ਪਾਉ ਕਰਿਆ ਉਡੈ ਉਡਾਵੇ ਸੈ ਕੋਸਾਂ ਇਸ ਤੋਂ ਬਾਅਦ ਅਗੇ ਉਦਾਹਰਨ ਦਿੱਤੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੇ ਤੀਸਰੇ ਬੰਦ ਵਿੱਚ ਉਡੈ ਉਡਾ ਆਵੇ ਸੈ ਕੋਸਾਂ ਉੰਜਾਂ ਜਿਹੜੀਆਂ ਨੇ ਸਾਈਬੇਰੀਆ ਇੱਕ ਇਲਾਕਾ ਹੈ ਜਿੱਥੋਂ ਜਦੋਂ ਸਰਦੀ ਆਤ ਦੀ ਸਰਦੀ ਪੈਣ ਲੱਗਦੀ ਜਦੋਂ ਉੱਥੇ ਪਾਣੀ ਜੰਮ ਜਾਂਦਾ ਆਤ ਦੀ ਠੰਡ ਹੋ ਜਾਂਦੀ ਹੈ ਫਿਰ ਉਸ ਇਲਾਕੇ 'ਚ ਉਡਾਨ ਭਰਦੀਆਂ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ ਕਿਉਂਕਿ ਭਾਰਤ ਦੇਸ਼ ਇਦਾਂ ਦਾ ਦੂਜੇ ਦੇਸ਼ਾਂ ਦੇ ਮੁਕਾਬਲੇ ਥੋੜੀ ਜੀ ਸਰਦੀ ਇੱਥੇ ਘੱਟ ਪੈਂਦੀ ਹੈ ਤੁਸੀਂ ਆਮ ਹੀ ਆਪਾਂ ਵੇਖਦੇ ਆ ਇੱਥੇ ਆਮ ਸਰਦੀ ਦਾ ਮਹੀਨਾ ਦਸੰਬਰ ਹੈ ਜਨਵਰੀ ਹੈ ਅੱਗੇ ਫਰਵਰੀ ਆਰੰਭ ਹੁੰਦੀ ਹੈ ਥੋੜਾ ਜਿਹਾ ਇੱਥੇ ਪਾਣੀ ਨਹੀਂ ਜੰਮਦੇ ਆਪਾਂ ਤੁਸੀਂ ਵੇਖਿਆ ਬਹੁਤ ਕਿਤੇ ਕੇਸ ਇਹੋ ਜਿਹੇ ਆ ਵਾਪਰੇ ਤੇ ਪਾਣੀ ਜੰਮਣ ਵਾਲੀ ਇੱਥੇ ਠੰਡ ਪੈਂਦੀ ਨਹੀਂ ਬਹੁਤ ਘੱਟ ਉਹ ਸਾਈਬੇਰੀਆ ਇਲਾਕੇ ਕਾਫੀ ਵੱਡਾ ਏਰੀਆ ਉੱਥੋਂ ਫਿਰ ਇੱਕ ਕੁੰਝ ਉੱਡਦੀ ਹੈ ਆਪਣੇ ਬੱਚੇ ਉੱਥੇ ਛੱਡ ਆਉਂਦੀਆਂ ਨੇ ਆਪ ਉੱਥੋਂ ਉਡਾਨ ਭਰਦੀਆਂ ਨੇ ਉਡਾਨ ਭਰ ਕੇ ਫਿਰ ਇਹ ਭਾਰ ਦੇ ਵੱਖ-ਵੱਖ ਲਗ ਆਮੀ ਆਪਾਂ ਵੇਖਦੇ ਕੁੰਜਾਂ ਡਰਾਵਾਂ ਦੇ ਕੰਡਿਆਂ ਤੇ ਕਿਦਾਂ ਆਪਾਂ ਨੂੰ ਬੇਠੀਆਂ ਮਿਲਦੀਆਂ ਨੇ ਕਿਦਾਂ ਉਡਾਨ ਭਰ ਕੇ ਆਉਂਦੀਆਂ ਨੇ ਬੱਚੇ ਆਪਣੇ ਪਿੱਛੇ ਛੱਡ ਆਉਂਦੀਆਂ ਨੇ ਇਹ ਕਦੋਂ ਆਉਂਦੀਆਂ ਨੇ ਇਹਦਾ ਜ਼ਿਕਰ ਵੀ ਬਾਣੀ ਵਿੱਚ ਭਗਤ ਫਰੀਦ ਜੀ ਨੇ ਕੀਤਾ ਵੀ ਕਤਕ ਕੁੰਜਾਂ ਕਤਕ ਦੇ ਮਹੀਨੇ ਵਿੱਚ ਕੁੰਜਾਂ ਉਹ ਕਤਕ ਦਾ ਮਹੀਨਾ ਜਦੋਂ ਸਰਦੀਆਂ ਵਾਲਾ ਸ਼ੁਰੂ ਹੋ ਜਾਂਦਾ ਹੈ ਉਦੋਂ ਆਉਂਦੀਆਂ ਨੇ ਕਤਕ ਕੁੰਜਾਂ ਚੇਤ ਡੋਂ ਜਦੋਂ ਚੇਤ ਦੇ ਮਹੀਨੇ ਵਿੱਚ ਫਿਰ ਅੱਗੇ ਗਰਮੀ ਦਾ ਮੌਸਮ ਸ਼ੁਰੂ ਹੋ ਜਾਣਾ ਹੈ ਜਦੋਂ ਇਧਰ ਗਰਮੀ ਹੋਣ ਲੱਗ ਪਣੀ ਉਹਨਾਂ ਨੇ ਫੇਰ ਉੱਡ ਕੇ ਵਾਪਸ ਚਲੇ ਜਾਣਾ ਹਣ ਕਤਕ ਕੁੰਜਾਂ ਚੇਤ ਨੂੰ ਸਾਵਣ ਬਿਜਲੀਆਂ ਜਦੋਂ ਅਗੇਦਰ ਗਰਮੀ ਸ਼ੁਰੂ ਹੋਣੀ ਐ ਤੇ ਕੁੰਜਾਂ ਨੇ ਫਿਰ ਵਾਪਸ ਚੱਲ ਜਾਣ ਹੁਣ ਉਹਨਾਂ ਦੇ ਬੱਚੇ ਉੱਥੇ ਨੇ ਆਪ ਇੱਥੇ ਨੇ ਇਸ ਲਈ ਕਿਹਾ ਉੜੇ ਉਡ ਆਵੇ ਸਹ ਕੋਸਾਂ 100 ਕੁੰਆਂ ਤੂੰ ਉੱਡ ਕੇ ਆਉਂਦੀਆਂ ਨੇ ਬੜੀ ਲੰਬੀ ਉਡਾਨ ਭਰਦੀਆਂ ਨੇ ਕਹਿੰਦੇ ਉੜੇ ਉਡ ਆਵੇ ਸਹ ਕੋਸਾਂ ਇਸ ਪਾਸ਼ੇ ਬਚਰੇ shirea ਉਹ ਆਪਣੇ ਬੱਚੇ ਪਿੱਛੇ ਛੱਡ ਆਉਂਦੀਆਂ ਨੇ ਤੈਨ ਕਮਣ ਖਿਲਾਵੇ ਮਨਾ ਉਹ ਤੇ ਆਪ ਇੱਥੇ ਆ ਗਈਆਂ ਤੂੰ ਐਸ ਪਰਿਵਾਰ ਨੂੰ ਕਿੰਨਾ ਭੁੱਖਾ ਨਾ ਮਰ ਜਾ ਤੂੰ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਕਿਦਾਂ ਲਿਆ ਲਿਆ ਕੇ ਤੂੰ ਗਲਤ ਖੁਰਾਕ ਇਸ ਅਪਟਬਰ ਨੂੰ ਦੇਈ ਜਾਂਦਾ ਅਕੂਂਜਾਂ ਵਾਲੇ ਵੇਖ ਲਾ ਤਿੰਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਬਸ ਆਉਂਦੀਆਂ ਇੱਥੇ ਨਹੀਂ ਹੁਣ ਸਿਮਰਨ ਦਾ ਅਰਥ ਕਿ ਵੀ ਇੱਥੇ ਬੈਠੇ ਬੱਚੇ-ਬੱਚੇ ਕਰੀ ਜਾਂਦੀਆਂ ਨੇ ਉਹ ਪੂੰਜਾਂ ਜਦੋਂ ਇੱਥੇ ਦਰਿਆਵਾਂ ਦੇ ਕੰਢਿਆਂ ਤੇ ਬਹਿਂਦੀਆਂ ਨੇ ਆਣ ਕੇ ਉੜਦੀਆਂ ਨੇ ਉਹ ਆਪਣੇ ਬੱਚਿਆਂ ਦਾ ਨਾਂ ਲੈ ਲੈ ਕੇ ਬੱਚੇ-ਬੱਚੇ ਯਾਦ ਕਰਦੀਆਂ ਨੇ ਵੀ ਮੇਰੇ ਤਿੰਨ ਨੇ ਮੇਰੇ ਦੋ ਨੇ ਮੇਰੇ ਚਾਰ ਨੇ ਭਾਵ ਉਹਨਾਂ ਦੇ ਚਿੱਤ ਵਿੱਚ ਹੈਗਾ ਕਿਸੀ ਉਥੇ ਬੱਚੇ ਛੱਡ ਕੇ ਆਈਆਂ ਹੁਣ ਇਹਨੂੰ ਸੌਖਾ ਸਮਝੋ ਇਥੋਂ ਹੁਣ ਸਮਰਨ ਦੀ ਡੈਫੀਨੇਸ਼ਨ ਵੀ ਬੜੀ ਪਿਆਰੀ ਹੈ ਵੀ ਜਿਵੇਂ ਤੁਸੀਂ ਆਪਣਾ ਪੁੱਤਰ ਤੀ ਵਿਆਹਿਆ ਕਿਤੇ ਦੂਰ ਚਲਾ ਗਿਆ ਕਿਸਦਾ ਪੁੱਤਰ ਕੋ ਕਾਲਜ ਪੜਦਾ ਹੁਣ ਮਾਂ ਆਪਣੇ ਪੁੱਤਰ ਦਾ ਨਾਂ ਭਾਵੇਂ ਦਿਹਾੜੀ 'ਚ ਇੱਕ ਵਾਰ ਵੀ ਨਾ ਲਵੇ ਪਰ ਮਾਂ ਨੂੰ ਬੱਚਾ ਭੁੱਲਿਆ ਥੋੜਾ ਕਿਤੇ ਸੁਰਤ ਵੀ ਤੇਗਾ ਹੁਣ ਤੁਸੀਂ ਆਪਣੀ ਤੀ ਵਿਆਹ ਦੀ ਸਹੁਰੇ ਚਲੇਗੀ ਹੁਣ ਮਾਂ ਪਾਪ ਨੂੰ ਬੱਚੇ ਕਿਤੇ ਭੁੱਲੇ ਹੁੰਦੇ ਪਤਾ ਤੇ ਹੁੰਦਾ ਹੈ ਨਾ ਪਰ ਨਾ ਭਾਵੇਂ ਉਹ ਦਿਹਾੜੀ ਚ ਕੀ 15 ਦਿਨਾਂ ਚ ਵੀ ਇੱਕ ਵਾਰ ਨਾਂ ਨਾ ਲਵੇ ਪਰ ਨਾਂ ਨਾ ਲੈ ਕੇ ਵੀ ਉਹਨੂੰ ਆਪਣੇ ਬੱਚੇ ਨਹੀਂ ਭੁੱਲੇ ਹੁਣ ਕੂਝ ਉਥੇ ਮੂੰਹ ਬੋਲ ਕੇ ਇਹੋ ਅਸਲ ਚ ਸਿਮਰਨ ਸੀ ਯਾਦ ਵੀ ਭੁੱਲੇ ਨਾ ਹੁਣ ਗੱਲ ਭਾਵੇਂ ਇੱਥੇ ਮੰਨ ਦੀ ਕੀਤੀ ਹੈ ਵੀ ਉਡਾ ਉਡ ਆਵੇ ਸਹਿ ਕੋਸਾਂ ਕੂਝ ਵੇਖੋ ਕਿਦੋਂ ਗੱਲ ਮੰਨ ਨੂੰ ਸਮਝਾਉਣ ਲਈ ਪੱਥਰ ਦੀ ਉਦਾਹਰਨ ਦਿੱਤੀ ਮਹਾਰਾਜ ਨੇ ਵੀ ਮਨਾ ਵੇਖ ਪੱਥਰ ਦੇ ਵਿੱਚ ਵੀ ਉਹਨੇ ਪ੍ਰਬੰਧ ਕੀਤਾ ਹੋਇਆ ਆ ਭਾਵ ਜਿਹੜਾ ਪੱਥਰ ਦਾ ਕੀੜਾ ਉਹਦੀ ਖੁਰਾਕ ਅੰਦਰ ਪਈ ਹੋਈ ਹੈ ਉਡਾ ਉਡਾਵੇ ਸੈ ਕੋਸਾਂ ਇਸ ਪਾਸ਼ੇ ਬਚਰੇ ਛਰੇਆ ਉਹ ਉਸ ਇਲਾਕੇ ਤੋਂ ਉੱਡ ਕੇ ਆਉਂਦੀਆਂ ਜਿੱਥੇ ਅੱਤ ਦੀ ਠੰਡ ਪੈ ਜਾਂਦੀ ਹੈ ਫਿਰ ਜਦੋਂ ਇਧਰ ਗਰਮੀ ਸ਼ੁਰੂ ਹੁੰਦੀ ਹੈ ਫਿਰ ਉੱਡ ਕੇ ਵਾਪਸ ਚਲਾ ਜਾਂਦੀਆਂ ਨੇ ਬੱਚੇ ਆਪਣੇ ਪਿੱਛੇ ਛੱਡ ਆਉਂਦੀਆਂ ਨੇ ਉਡਾ ਉਡਾਵੇ ਸੈ ਕੋਸਾਂ ਤਸ ਪਾਸ਼ੇ ਬਚਰੇ ਛਰੇਆ ਤੈਨ ਕਮਣ ਖਲਾਵੇ ਕਮਣ ਚਗਾਵੇ ਉਹਨੂੰ ਪਿੱਛੇ ਕੌਣ ਖਵਾ ਰਿਹਾ ਜਦੋਂ ਆਪ ਹੀ ਉੱਡ ਕੇ ਆ ਗਈਆਂ ਮਾਵਾ ਹੀ ਉੱਡ ਕੇ ਆ ਗਿਆ ਉਹਨੂੰ ਪਿਛੇ ਖੋਣਾ ਯਾਨੀ ਕਿ ਉਹਨਾਂ ਦਾ ਪ੍ਰਬੰਧ ਪਿਛੇ ਕੀਤਾ ਹੋਇਆ ਹੈ ਜੀ ਉਹਨਾਂ ਦਾ ਪ੍ਰਬੰਧ ਉਸ ਮਾਲਕ ਨੇ ਉਹਦੇ ਬਣਾਏ ਹੋਏ ਨਿਜਮ ਨੇ ਜੋ ਸਿਸਟਮ ਬਣਿਆ ਹੋਇਆ ਹਾ ਹੁਣ ਤੱਕ ਆਪਾਂ ਇੱਕ ਵਾਰ ਜ਼ਮੀਨ 'ਚ ਲਾਉਨੇ ਆ ਉਹਨੂੰ ਪਹਿਲਾਂ ਪਹਿਲਾਂ ਪਾਣੀ ਪਾਉਣਾ ਪੈਂਦਾ ਮੁੜ ਕੇ ਪਾਣੀ ਦੇਣ ਦੀ ਲੋੜ ਪੈਂਦੀ ਹੈ ਫਿਰ ਉਹ ਆਪਣਾ ਰਸ ਆਪਣੇ ਆਪ ਆਪਣੇ ਆਪ ਧਰਤੀ 'ਚੋਂ ਖਿੱਚੀ ਆਉਂਦਾ ਉਹਦਾ ਬਣਾਇਆ ਹੋਇਆ ਸਿਸਟਮ ਆਪਣੇ ਆਪ ਧਰਤੀ 'ਚੋਂ ਖਾਣਕ ਲੈ ਰਿਹਾ ਪ੍ਰਿਆਰਿਆ ਕੰਮ ਇਸ ਪਾਸ਼ੇ ਵਿਚਲੇ ਸ਼ਰੀਅਤ ਨੂੰ ਕਮਣ ਖਿਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਤੋਂ ਸਿਮਰਨ ਦਾ ਅਰਥ ਕੀ ਹੈ ਉਹਨੂੰ ਚੇਤਾ ਹੈ ਕਿ ਮੇਰੇ ਪਿਛੇ ਬੱਚੇ ਨੇ ਤੋਂ ਅੱਗੇ ਪਾਸ਼ਾ ਕਹਿੰਦੇ ਨੇ ਸਬਨਿਧਾਨ ਉਹ ਅਕਾਲਪੁਰਖ ਵੈਗੁਰੂ ਜੀ ਸਬਨਿਧਾਨ 10 ਅਸ਼ਟ 10 ਤੇ ਅਸ਼ਟ ਮਿਨ 8 18 ਸਿੱਧੀਆਂ ਠਾਕੁਰ ਕਰਤਲ ਤਰਿਆ ਭਾਵ ਹਰ ਇੱਕ ਦੀ ਹਰ ਇੱਕ ਤਾਕਤ ਹਰ ਇੱਕ ਬਰਕਤ ਉਸ ਮਾਲਕ ਦੇ ਆਪਣੇ ਕੋਲ ਹੈ ਤੋ ਉਹਦੇ ਨਾਲ ਜੁੜ ਜਾ ਉਹ ਬਰਕਤਾਂ ਤੇਰੇ ਅੰਦਰ ਵੀ ਪੈਦਾ ਪ੍ਰਗਟ ਹੋ ਜਾਣਗੀਆਂ ਸਬਨਿਧਾਨ ਸਭ ਖਜ਼ਾਨੇ 10 ਅਸ਼ਟ ਸਦਨ 10 ਤੇ 8 18 18 ਸਿੱਧੀਆਂ ਮੰਨੇ ਗਿਆ ਪਾਵ ਸਫਲਤਾਵਾਂ ਭਾਵੇਂ ਲੋਕ ਜੋਗੀ ਲੋਕ ਪੁੱਠੇ ਬੰਨੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਸੀ ਵੇਖੋ ਜੀ ਪ੍ਰਗਟ ਹੋ ਜਾਣਾ ਛਿਪ ਜਾਣਾ ਪਰ ਇਹ ਵੀ ਇੱਕ ਕਰਾਮਾਤ ਹੈ ਅੱਜ ਕਰਾਮਾਤ ਨਹੀਂ ਹੈ ਬੰਦੇ ਨੇ ਕਿੰਨੀਆਂ ਪ੍ਰਗਟ ਕਰ ਲਈਆਂ ਬੰਦੇ ਨੇ ਆਪਣੀ ਜ਼ਿੰਦਗੀ 'ਚ ਇਸ ਸਮਾਜ ਵਿੱਚੋਂ ਇਸ ਧਰਤੀ 'ਚੋਂ ਕਿੰਨਾ ਕੁਝ ਖੋਜਿਆ ਕਦੀ ਸਮਾਂ ਹੁੰਦਾ ਸੀ ਪੁੱਤ ਪਰਦੇਸ ਗਿਆ ਹੋਣਾ ਉਹਨੇ ਚਿੱਠੀ ਪਾਉਣੀ ਕਿੰਨਿਆਂ ਤਿੰਨਾਂ ਮਹੀਨਿਆਂ ਬਾਅਦ ਆਉਣੀ ਅੱਜ ਬੰਦੇ ਨੇ ਇਸ ਧਰਤੀ 'ਚ ਇੰਨਾ ਕੁਝ ਖੋਜ ਕੇ ਕੱਢ ਲਿਆ ਅੱਜ ਇੰਟਰਨੈਟ ਦੇ ਮਾਧਿਮ ਰਾਹੀਂ ਅੱਜ ਬਾਪ ਹਜ਼ਾਰਾਂ ਮੀਲ ਦੂਰ ਬੈਠਾ ਆਪਣੇ ਬੱਚਿਆਂ ਨਾਲ ਰੋਜ਼ ਸਕਾਈਪ ਤੇ ਗੱਲ ਕਰਦਾ ਇੰਟਰਨੈਟ ਦੇ ਮਾਧਿਮ ਰਾਹੀਂ ਕੱਢਿਆ ਹੈ ਨਾ ਬੰਦੇ ਨੇ ਖੋਜ ਕੇ ਦੇ ਵਿੱਚੋਂ ਇਹ ਵੀ ਇੱਕ ਕਰਾਮਾਤ ਨਾਲੋਂ ਘੱਟ ਹੈ ਗੱਲ ਬੰਦੇ ਨੇ ਕਿੱਥੋਂ ਪ੍ਰਾਪਤ ਕਰ ਲਈ ਹਜ਼ਾਰਾਂ ਮੀਲ ਸਫ਼ਰ ਕੁਝ ਘੰਟਿਆਂ 'ਚ ਤੈ ਹੋ ਜਾਂਦਾ ਉਦਾਂ ਕਦੀ ਕਦੀ ਜੋਗੀ ਲੋਕਾਂ ਨੇ ਇਹ ਸ਼ਕਤੀਆਂ ਉੱਡ ਕੇ ਪ੍ਰਾਪਤ ਕਰ ਲੈਣੀਆਂ ਅੱਜ ਬੰਦੇ ਨੇ ਪੈਸਾ ਕਮਾਇਆ ਤੁਸੀਂ ਵੇਖਿਆ ਔਰ ਕੋਰੋਨਾ ਵਾਇਰਸ ਕਰਕੇ ਕਈ ਬੰਦੇ ਆਪਣਾ ਪਲੇਨ ਦੇ ਰਾਹੀਂ ਸਫ਼ਰ ਕਰਕੇ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਵੀ ਕਿੰਨੇ ਲੱਖ ਦੀ ਟਿਕਟ ਲੱਗਦੀ ਹੈ ਇਹਦਾ ਮਤਲਬ ਬੰਦੇ ਕੋਲ ਪੈਸਾ ਸੀ ਬੰਦੇ ਨੇ ਉਹ ਸ਼ਕਤੀ ਖਰੀਦੀ ਕਿ ਨਹੀਂ ਇਹੋ ਜਿਹੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਪੂਰੀ ਪੂਰਾ ਪਲੇਨ ਖਰੀਦਣ ਤੱਕ ਵੀ ਗਏ ਵਜ੍ਹਾ ਕੀ ਸੀ ਪੈਸਾ ਹੈਗਾ ਸੀ ਅਗਲੇ ਦੇ ਕੋਲ ਤੇ ਤੁਹ ਪਤਾ ਲੱਗਦਾ ਵੀ ਇਹਦਾ ਅਰਥ ਵੀ ਗੁਰੂ ਸਾਹਿਬ ਜੀ ਨੇ ਉਹ ਥੋਥੀਆਂ ਕਰਾਮਾਤਾਂ ਤੋਂ ਰੋਕਿਆ ਸਮਝਾਈ ਗੱਲ ਇਹ ਵੀ ਬੰਦਿਆ ਸੱਚ ਨਾਲ ਜੁੜ ਉਹ ਠਾਕੁਰ ਕਰਤਲ ਧਰਿਆ ਠਾਕੁਰ ਕਰਤਲ ਧਰਿਆ ਉਸ ਠਾਕੁਰ ਦੇ ਕੋਲ ਨਹੀਂ ਸਾਰੀਆਂ ਤੋ ਠਾਕੁਰ ਤੇਰੇ ਅੰਦਰ ਨਹੀਂ ਹੈਗਾ ਸਾਰੀਆਂ ਸ਼ਕਤੀਆਂ ਤੇਰੇ ਅੰਦਰ ਨਹੀਂ ਹੈਗੀਆਂ ਭਲਾ ਜੋ ਮਾਲਕ ਦੇ ਕੋਲ ਸ਼ਕਤੀਆਂ ਹੈਗੀਆਂ ਉਹ ਮਾਲਕ ਉਸ ਹਰ ਇੱਕ ਤਾਕਤ ਦਾ ਮਾਲਕ ਹੈ ਤੇ ਉਹ ਤੇਰੇ ਅੰਦਰ ਤਾਕਤ ਨਹੀਂ ਹੈਗੀ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਨਾਨਕ ਤਾਂ ਆਪਣੇ ਉਸ ਮਹਾਨ ਤਾਕਤ ਦੇ ਮਾਲਕ ਤੋਂ ਕੁਰਬਾਨ ਜਾਂਦਾ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਨਾ ਤੇ ਕੁਰਬਾਨ ਜਾਂਨਾ ਤੁਹਾਡਾ ਉਰਲਾ ਤੇ ਪਰਲਾ ਬਨ ਲੱਭਣਾ ਮਾਲਕ ਜੀ ਮੇਰੇ ਵੱਸੋਂ ਬਾਹਰ ਦੀਆਂ ਗੱਲਾਂ ਨੇ ਤੁਸੀਂ ਮਹਾਨ ਤਾਕਤ ਦੇ ਮਾਲਕ ਤੁਝੇ ਇਹ ਇਹ ਸਿੱਧੀਆਂ ਸਬਨਿਧਾਨ ਖਜ਼ਾਨੇ 10 ਅਸ਼ਟ ਸਿਧਾਂ ਸਿੱਧੀਆਂ ਤੇ 18 ਸਿੱਧੀਆਂ ਮੰਨੀਆਂ ਗਈਆਂ ਜੋਗੀ ਲੋਕਾਂ ਦੇ ਵਿੱਚ ਆਮ ਲੋਕ ਮੰਨਦੇ ਸੀ ਨਾ ਕਰਮਾਤਾਂ ਯਾ ਸਭ ਤੋਂ ਵੱਡੀ ਕਰਾਮਾਤ ਹੈ ਗੁਰੂ ਸਾਹਿਬ ਨੇ ਜ਼ਿੰਦਗੀ ਜਿਵੇਂ ਉਹ ਕਹਾਣੀ ਨਹੀਂ ਆਉਂਦੀ ਵੀ ਇੱਕ ਦੋ ਪ੍ਰਾਸੀ ਇੱਕ ਜੋਗੀ ਬਣ ਗਿਆ ਬਾਹਰ ਚਲਾ ਗਿਆ ਰੱਬ ਦੀ ਰੱਬ ਨੂੰ ਲੱਭਣ ਤੁਰ ਪਿਆ ਸ਼ਕਤੀਆਂ ਲੱਭਣ ਤੁਰ ਪਿਆ ਤੇ ਇੱਕ ਦੂਜਾ ਗ੍ਰਸਤੀ ਆਪਣੇ ਘਰੇ ਬੈਠਾ ਸੀ ਉਹ ਜਦੋਂ ਇੰਨੇ ਸਾਲਾਂ ਬਾਅਦ ਵਾਪਸ ਪਰਤ ਕੇ ਆਇਆ ਤੋਂ ਉਹਨੂੰ ਕਹਿੰਦਾ ਵੀ ਤੂੰ ਕਿੰਨੀਆਂ ਸ਼ਕਤੀਆਂ ਪ੍ਰਾਪਤ ਕਰਕੇ ਆਇਆ ਕਹਿੰਦਾ ਬੜੀਆਂ ਸ਼ਕਤੀਆਂ ਕਹਿੰਦਾ ਤੂੰ ਘਰ ਸਾਰੀ ਜ਼ਿੰਦਗੀ ਤਬਾਹ ਕਰ ਲਿਆ ਗ੍ਰਸਤੀ ਬਣ ਕੇ ਕੀ ਖਟੇ ਤੂੰ ਇਹਦੇ ਜੋ ਤੋਂ ਗ੍ਰਸਥ ਹਾਸਕੇ ਬੜਾ ਗ੍ਰਸਤੀ ਬੜਾ ਪਰ ਤ੍ਰਿਕੇ ਨਾਲ ਡੰਡਾ ਜਦਾਂ ਜੂਰ ਨਾਲ ਸੁੱਟ ਕੇ ਆਂਦਾ ਵੀ ਆਪਣੇ ਭਰਾ ਨੂੰ ਜਿਹੜਾ ਯੋਗੀ ਬਣਿਆ ਸੀ ਜਿਹੜਾ ਬਾਹਰ ਬਾਬਿਆਂ ਕੋਲੋਂ ਕਰਾਮਾਤਾਂ ਸਿੱਖਿਆ ਸੀ ਕਹਿੰਦਾ ਉਹ ਡੰਡਾ ਸੁੱਟੇ ਚੁੱਕ ਕੇ ਲਿਆ ਭਲਾ ਉਹ ਨੂੰ ਇਥੇ ਤੇਰੇ ਕੋਲ ਕੋਈ ਸ਼ਕਤੀ ਹੈਗੀ ਹੈ ਵੀ ਸ਼ਕਤੀ ਨਾਲ ਡੰਡਾ ਚੁੱਕ ਕੇ ਇਥੇ ਲਿਆ ਹੁਣ ਸ਼ਕਤੀ ਹੁੰਦੀ ਤਾਂ ਡੰਡਾ ਚੁੱਕ ਕੇ ਲੈ ਕੇ ਆਉਂਦਾ ਕਹਿੰਦਾ ਤੂੰ ਲਿਆ ਸਕਦਾ ਕਹਿੰਦਾ ਹਾਂਜੀ ਲਿਆ ਸਕਦਾ ਮੇਰੇ ਕੋਲ ਸ਼ਕਤੀ ਹੈ ਕਹਿੰਦਾ ਕਿਹੜੀ ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਇਹਦਾ ਪੁੱਤਰਾ ਭੱਜ ਕੇ ਡੰਡਾ ਫੜ ਕੇ ਲਿਆਈ ਕਹਿੰਦਾ ਮੈਂ ਆਪਣੇ ਸ਼ਕਤੀ ਘਰ ਚ ਪੈਦਾ ਕੀਤੀ ਹੈ ਉਹ ਹੁਣ ਇਹਨਾਂ ਤੋਂ ਗੱਲਾਂ ਪੁੱਛਦਾ ਲੋ ਤੁਹਾਡੀਆਂ ਇਹਨਾਂ ਸ਼ਕਤੀਆਂ ਦਾ ਕੀ ਫਾਇਦਾ ਹੁਣ ਜਿਵੇਂ ਕਹਾਣੀ ਆਉਂਦੀ ਜੀ ਮੈਂ ਪਾਣੀ ਦੇ ਤੁਰ ਕੇ ਜਾ ਸਕਦਾ ਕਹਿੰਦਾ ਹੱਦ ਹੋ ਗਈ ਪਾਣੀ ਦੇ ਤੁਰ ਕੇ ਇੰਨੇ ਸਾਲਾਂ ਦੀ ਮਿਹਨਤ ਤੇ ਤੂੰ ਇਹ ਸ਼ਕਤੀ ਪ੍ਰਾਪਤ ਕੀਤੀ ਵੀ ਪਾਣੀ ਦੇ ਤੁਰ ਕੇ ਜਾ ਸਕਦਾ ਤੇ ਆ ਮੈਂ ਥੋੜੇ ਜੇ ਪੈਸੇ ਦੇ ਕੇ ਮੈਂ ਬੇੜੀ ਤੇ ਪਾਰ ਹੋ ਸਕਦਾ ਮੈਂ ਉਹ ਉਹ ਦੂਜੇ ਬੰਦੇ ਆਪਣੀ એનર્ਜੀ ਨੂੰ ਲਾਤਾ ਸੋਚ ਨੂੰ ਲਾਤਾ ਹੁਣ ਸੋਚ ਕੇ ਵੇਖੋ ਇਹ ਥੋਥੀਆਂ ਕਰਾਮਾਤਾਂ ਜੋ ਸਮਾਜ ਨੂੰ ਕੁਝ ਨਹੀਂ ਮਿਲਿਆ ਪਰ ਬਹੁਤੇ ਲੋਕ ਇਹ ਥੋਥੀਆਂ ਕਰਾਮਾਤਾਂ ਦੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਦਾ ਕੀਮਤੀ ਸਮਾਂ ਅਜਾਈ ਗਵਾਉਂਦੇ ਰਹੇ ਉਮਾਰਾ ਇਹਨੇ ਸਿੱਧਾ ਕਹਤਾ ਸਭ ਨਿਧਾਨ 10 ਅਸ਼ਟ 10 ਤੇ 8 18 ਸਿੱਧੀਆਂ ਠਾਕੁਰ ਕਰਤਾ ਤੱਲੇ ਜੇ ਉਸ ਮੇਰੇ ਠਾਕੁਰ ਦੇ ਕੋਲ ਹੈਗੀਆਂ ਉਹ ਮੇਰੇ ਵੀ ਅੰਦਰ ਹੈਗਾ ਇਹਦਾ ਅਰਥ ਬੰਦੇ ਦੀ ਇਸ ਤਾਕਤ ਨੇ ਬੰਦੇ ਦੀ ਇਸ ਸ਼ਕਤੀ ਨੇ ਕਿੰਨਾ ਕੁਝ ਪ੍ਰਗਟ ਕੀਤਾ ਸਾਡੇ ਸਾਹਮਣੇ ਕਦੀ ਸਮਾਂ ਹੁੰਦਾ ਸੀ ਸੋਚ ਕੇ ਵੇਖੋ ਅੱਜ ਕਿੰਨੀਆਂ ਕਾਢਾਂ ਆ ਜਾਂ ਮਾਈਕ ਹੈ ਇੱਕ ਵਾਰੀ ਬੰਦਾ ਬੋਲਦਾ ਹੈ ਬਾਅਦ ਵਿੱਚ ਦੁਨੀਆ ਤੋਂ ਬੰਦਾ ਚਲ ਗਿਆ ਪਰ ਉਹਦੀ ਆਵਾਜ਼ ਅੱਜ ਵੀ ਹੈਗੀ ਹੈ ਸੋਚ ਕੇ ਵੇਖੋ ਇਹ ਬੰਦੇ ਦੀ ਸ਼ਕਤੀ ਨੇ ਇਦਾਂ ਦੀ ਕਾੜ ਕੱਢੀ ਨਾ ਪੁਰਾਣੇ ਸਮਿਆਂ ਨੂੰ ਜਦੋਂ ਪਹਿਲੀ ਵਾਰ ਕੋਈ ਇਦਾਂ ਦਾ ਸਿਸਟਮ ਆਇਆ ਹੋਵੇਗਾ ਜਦੋਂ ਰੇਡੀਓ ਪਹਿਲੀ ਵਾਰ ਚੱਲਿਆ ਹੋਵੇਗਾ ਕੋਈ ਬੰਦਾ ਉਹਦੇ ਲਾਗੇ ਗੱਲ ਕਰਦਾ ਭਾਈ ਕੋਈ ਇਹੋ ਜਿਹਾ ਸਿਸਟਮ ਆਉਣਾ ਜਿਹੜਾ ਬੰਦਾ ਬੋਲੂ ਦੀ ਆਵਾਜ਼ ਵੀ ਆਊਗੀ ਉਹ ਬੰਦੇ ਮੰਨਣਗੇ ਉਸ ਵੇਲੇ ਵੀ ਇਦਾਂ ਕਿਦਾਂ ਹੋ ਸਕਦਾ ਪਰ ਆ ਗਿਆ ਨਾ ਹੁਣ ਇਸ ਤੋਂ ਅੱਗੇ ਜੀਆਂ ਗੱਲਾਂ ਵੀ ਆ ਜਾਣੀਆਂ ਕੱਢੀ ਜਾਣਾ ਅਗਲੇ ਚ ਖੋਜ ਕਰੀ ਜਾਵੇ ਤਾਂ ਨਵੀਂ ਤੋਂ ਨਵੀਂ ਤਕਨੀਕ ਨਿਕਲਦੀ ਆਉਣੀ ਹੈ ਇਤੋਂ ਪਤਾ ਲੱਗਦਾ ਮਹਾਰਾਜ ਕਹਿੰਦੇ ਬੰਦਿਆ ਹੈ ਤੇ ਤੇਰੇ ਅੰਦਰ ਵੀ ਸਭ ਕੁਝ ਜੇ ਬਾਹਰ ਇਨੀ ਖੋਜ ਕਰ ਸਕਦਾ ਹੈ ਥੋੜਾ ਜਾਂ ਅੰਦਰ ਨੂੰ ਧਿਆਨ ਦੇ ਐਵੇਂ ਆਪਣੇ ਮਨ ਨੂੰ ਪੁੱਠੇ ਬੰਨੇ ਨਾਲ ਮਨ ਨੂੰ ਸੱਤ ਦੀ ਖੁਰਾਕ ਦੇ ਤੋ ਗੁਰਦੇਵ ਜੀ ਕਹਿੰਦੇ ਨੇ ਸਬਨਿਧਾਨ ਦਸ ਅਸ਼ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਮਹਾਰਾਜ ਜੀ ਤੁਹਾਡਾ ਅੰਤ ਨਹੀਂ ਪੈਦਾ ਤੁਸੀਂ ਬੇਅੰਤ ਜੇ ਤੇ ਮਨ ਨੂੰ ਸਮਝਾਇਆ हे ਮਨਾ ਸੱਤ ਦੀ ਸੰਗਤ ਕਰ ਮੇਰੇ ਮਾਦੋ ਜੀ ਸੱਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਗਾਸ਼ਟ ਹਰਿਆ ਜਿਵੇਂ ਸੁੱਕਾ ਪੌਦਾ ਪਾਣੀ ਦੇ ਦਿਆ ਰਿਹਾ ਜਿੰਨਾ ਮਨਾ ਤੂੰ ਆਸੇ-ਪਾਸੇ ਨਾ ਪਟਕ ਇਸ ਪਰਿਵਾਰ ਨੂੰ ਗਲਤ ਖੁਰਾਕ ਦੇਣ ਦੀ ਕੋਸ਼ਿਸ਼ ਨਾ ਕਰ ਕਾਹੇ ਰੇ ਮਨਚਿਤ ਤੇ ਮੇ ਉਦਮ ਜਾਂ ਅਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜਨ ਤੋਂ ਪਾਇ ਤਾਕਰਜਕ ਅੱਗੇ ਕਰ ਮਨ ਨੂੰ ਸਮਝਾਇਆ ਮਨਾ ਇਸ ਆਪਣੇ ਗਿਆਨ ਇੰਦਰੀ ਕਰਮ ਇੰਦਰੀਆਂ ਦੇ ਏਡੇ ਵੱਡੇ ਪਰਿਵਾਰ ਨੂੰ ਸਹੀ ਖੁਰਾਕ ਦੇਣ ਦੀ ਕੋਸ਼ਿਸ਼ ਕਰ ਤੇ ਉਹ ਖੁਰਾਕ ਅੰਦਰ ਪਈ ਹੋਈ ਹੈ ਜਿਵੇਂ ਪੱਥਰ ਦੇ ਕੀੜੇ ਦੀ ਖੁਰਾਕ ਅੰਦਰ ਪਈ ਹੋਈ ਹੈ ਜਿਵੇਂ ਕੂੰਜ ਆਪਣੇ ਬੱਚੇ ਪਿੱਛੇ ਛੱਡ ਆਉਂਦੀ ਹੈ ਉਹ ਆਪਣੇ ਮਨ 'ਚ ਸੋਚਦੀ ਹੈ ਪਰ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਬਸ ਇਦਾਂ ਚੇਤਾ ਰੱਖ ਇਦਾਂ ਸਿਰਸਿਰਜ ਕਸਮਬਾਹੇ ਠਾਕੁਰ ਹਰ ਇੱਕ ਦੇ ਰਿਜਕ ਦਾ ਪ੍ਰਬੰਧ ਕੀਤਾ ਹੋਇਆ ਤੁਸੀਂ ਇੱਕ ਵਾਰੀ ਪੌਦਾ ਲਾਉਂਦੇ ਇੱਕ ਵਾਰ ਪਾਣੀ ਦਿੰਦੇ ਹੋ ਪਰ ਜਦੋਂ ਜੜਾਂ ਧਰਤੀ ਨਾਲ ਟੱਚ ਕਰ ਜਾਂਦੀਆਂ ਨੇ ਫਿਰ ਉਹਨੂੰ ਧਰਤੀ 'ਚੋਂ ਖੁਰਾਕ ਆਪਣੇ ਆਪ ਮਿਲ ਜਾਂਦੀ ਹੈ ਅਰੇ ਜੰਗਲਾਂ ਦੇ ਦਰਖਤਾਂ ਨੂੰ ਕੌਣ ਪਾਣੀ ਦੇਣ ਜਾਂਦਾ ਜੀ ਉਹਨਾਂ ਨੂੰ ਕੌਣ ਦੇਣ ਜਾਂਦਾ ਹੈ ਦਰਖਤ ਦੇ ਥੱਲੇ ਦਰਖਤ ਉੱਗਦਾ ਆਪਣੇ ਆਪ ਹੀ ਵੱਡਾ ਹੋਈ ਜਾਂਦਾ ਹੈ ਕੌਣ ਖੁਰਾਕ ਦਿੰਦਾ ਹੈ ਉਹਦੀ ਖੁਰਾਕ ਪਈ ਹੋਈ ਹੈ ਕਿ ਉਹਦੀ ਖੁਰਾਕ ਪਈ ਹੈ ਤੇ ਤੇਰੇ ਇਸ ਮਨਾਂ ਤੇਰੇ ਪਰਿਵਾਰ ਦੀ ਖੁਰਾਕ ਨਹੀਂ ਪਈ ਹੋਈ ਤੂੰ ਇਹਨੂੰ ਗਲਤ ਬੰਨੇ ਤੋਰਨ ਦੀ ਕਿਉਂ ਕੋਸ਼ਿਸ਼ ਕਰਦਾ ਆਓ ਇਹ ਸੋਦਰ ਦਾ ਇਹ ਪੰਜਵਾਂ ਸ਼ਬਦ ਸੋਦਰ ਬਾਣੀ ਦਾ ਜਿਸ ਦੀ ਆਪਾਂ ਅੱਜ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਇਸ ਤੋਂ ਬਾਅਦ ਆਪਾਂ ਅਗੇ ਸੋ ਪ੍ਰਖ ਬਾਣੀ ਆਰੰਭ ਹੋਣੀ ਹੈ ਜਿਸ ਦੇ ਚਾਰ ਸ਼ਬਦ ਨੇ ਜਿਨ੍ਹਾਂ ਦੀ ਆਪਾਂ ਵਿਚਾਰ ਇਦਾਂ ਹੀ ਲੜੀਵਾਰ ਜਿਹੜੀ ਉਹ ਸਾਂਝੀ ਕਰਾਂਗੇ ਇਹ ਉਹ ਸ਼ਬਦ ਨੇ ਜਿਹੜੇ ਅਸੀਂ ਆਪਣੇ ਪਰਿਵਾਰਾਂ 'ਚ ਰੋਜ਼ ਸ਼ਾਮਾਂ ਨੂੰ ਪੜ੍ਹਦੇ ਆਂ ਪੜੋ ਸਮਝੋ ਵਿਚਾਰੋ ਅਰਥ ਭਾਵ ਸਮਝੋ ਤੇ ਆਪਣੀ ਜ਼ਿੰਦਗੀ 'ਚ ਇਹ ਗੁਣ ਲਾਗੂ ਕਰਨ ਦੀ ਕੋਸ਼ਿਸ਼ ਕਰੋ ਤੇ ਮਨ ਨੂੰ ਸਮਝਾਓ ਮਨਾ ਆਸੇ-ਪਾਸੇ ਨਾ ਭਟਕ ਇਸ ਮਨ ਦੇ ਪਰਿਵਾਰ ਨੂੰ ਪਾਲਣ ਲਈ ਅਸੀਂ ਮਨ ਨੂੰ ਬਾਰ-ਬਾਰ ਸੁਚੇਤ ਕਰੀਏ ਮਨਾ ਬਾਰ ਨਾ ਭਜ ਮਨ ਖੋਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਖਰਕਾ ਪੈਂਕਰ ਤੋ ਛਟੇ ਜੋ ਉੱਪਰ ਲੱਦਾ ਹੈ ਮਨ ਖੋਤਿਆ ਪਾਸੇ ਨਾ ਪਟਕ ਇਹ ਦਿੱਤੇ ਭਾਰ ਲਾ ਦਿਓ ਜਿਵੇਂ ਗਧੇ ਉੱਤੇ ਭਾਰ ਲਾ ਦਿੱਤੇ ਫਿਰ ਐ ਗਧਾ ਰਮਾਨ ਨਾ ਤੁਰਿਆ ਮਨ ਵੀ ਖੋਤਾ ਹੈ ਭੱਜਾ ਫਿਰਦਾ ਹੈ ਇਹ ਪਾਸੇ ਭਟਕਦਾ ਫਿਰਦਾ ਇਹਨੂੰ ਸਮਝਾਓ ਵੀ ਇਸ ਪਰਿਵਾਰ ਨੂੰ ਗਲਤ ਬੰਨੇ ਨਾ ਤੋਰ ਸਤ ਦੀ ਸੰਗਤ ਨਾਲ ਜੁੜੋ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਵਕਤ ਕੱਢ ਕੇ ਸਮਾਂ ਕੱਢ ਕੇ ਰੋਜ਼ਾਨਾ ਬਾਣੀ ਦੇ ਵਿਚਾਰਾਂ ਸਰਵਣ ਕਰਦੇ ਹੋ ਸਾਰਿਆਂ ਦਾ ਧੰਨਵਾਦ ਫਤਿਹ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ